ਪ੍ਰਾਈਮ ਏਸ਼ੀਆ ਟੈਲੀਵਿਜ਼ਨ ਵੇਖ ਰਹੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ। ਪ੍ਰਾਈਮ ਟਾਈਮ ਵਿਦ ਬੈਨੀਪਾਲ ਵਿੱਚ ਤੁਹਾਡਾ ਸਭਨਾਂ ਦਾ ਹਾਰਦਿਕ ਸਵਾਗਤ ਹੈ। ਦੋਸਤੋ, ਹਰ ਰੋਜ਼ ਤੁਹਾਡੇ ਲਈ ਅਸੀਂ ਨਵਾਂ ਅਤੇ ਨਿਵੇਕਲਾ ਪ੍ਰੋਗਰਾਮ ਲੈ ਕੇ ਆਉਂਦੇ ਹਾਂ। ਸਾਡੀ ਕੋਸ਼ਿਸ਼ ਸਦਾ ਇਹੋ ਹੀ ਰਹਿੰਦੀ ਹੈ ਕਿ ਸਾਡੇ ਆਲੇ ਦੁਆਲੇ ਕੀ ਕੁਝ ਹੋ ਰਿਹਾ ਹੈ, ਕੀ ਨਵਾਂ ਹੋਣ ਵਾਲਾ ਹੈ, ਉਹ ਸਾਰੀਆਂ ਜਾਣਕਾਰੀਆਂ ਪਹਿਲ ਦੇ ਆਧਾਰ 'ਤੇ ਪ੍ਰਾਈਮ ਏਸ਼ੀਆ ਦੇ ਰਾਹੀਂ ਤੁਹਾਡੇ ਤੱਕ ਪੁੱਜਦੀਆਂ ਕਰਦੇ ਰਹੀਏ। ਇੱਕ ਵਾਰ ਨਹੀਂ, ਅਨੇਕਾਂ ਵਾਰ ਇਸ ਤਰ੍ਹਾਂ ਹੁੰਦਾ ਕਿ ਕੋਈ ਪੈਡ ਤਰਦਾ ਅਤੇ ਫਿਰ ਉਸ 'ਤੇ ਪੈਡਾਂ ਦੇ ਉੱਤੇ ਪੈਰ ਤਰਦੇ ਬਹੁਤ ਸਾਰੇ ਲੋਕ ਆਉਂਦੇ ਹੈ ਅਤੇ ਫਿਰ ਕਾਫਲਾ ਬਣ ਜਾਂਦਾ। ਪਰ ਕਿਸੇ ਵੀ ਕਾਫਲੇ ਦਾ ਰੂਪ ਧਾਰਨ ਕਰਨ ਤੋਂ ਪਹਿਲਾਂ ਕੋਈ ਇੱਕ ਇਨਸਾਨ ਉਹਨਾਂ ਰਾਹਾਂ ਦੇ ਉੱਤੇ ਚੱਲਦਾ। ਪਰ ਜੇਕਰ ਰਾਹ ਨਵੇਂ ਹੋਣ, ਚੰਗੇ ਹੋਣ, ਸਾਬਤ ਕਦਮੀ ਇਨਸਾਨ ਆਪਣੀ ਮੰਜ਼ਿਲ ਵੱਲ ਨੂੰ ਤੁਰਿਆ ਹੋਵੇ, ਫਿਰ ਕਾਫਲੇ ਦਾ ਬਣਨਾ ਆਸਾਨ ਵੀ ਹੁੰਦਾ ਅਤੇ ਮੁਸ਼ਕਲ ਵੀ ਨਹੀਂ ਹੁੰਦਾ। ਕਈ ਨਾਮੁਮਕਿਨ ਸਾਨੂੰ ਕੰਮ ਲੱਗਦੇ ਹੁੰਦੇ ਨੇ, ਪਰ ਜਦੋਂ ਸਾਬਤ ਕਦਮੀ ਉਹਨਾਂ ਮੰਜ਼ਿਲਾਂ ਵੱਲ ਨੂੰ ਵਧੀਏ ਤਾਂ ਲੋਕ ਕਾਫਲੇ ਦਾ ਰੂਪ ਧਾਰਨ ਕਰ ਲੈਂਦੇ ਨੇ। ਸਾਡੇ ਭਾਈਚਾਰੇ ਵਾਸਤੇ ਇੱਕ ਨਵਾਂ ਅਤੇ ਨਿਵੇਕਲਾ ਇੱਕ ਐਕਸਪੋ ਹੋਣ ਜਾ ਰਿਹਾ ਹੈ। ਉਹ ਕਿਸ ਦੇ ਮੁਤਲਕ ਹੈ, ਕਿਉਂ ਹੋਣ ਜਾ ਰਿਹਾ ਹੈ, ਕਦੋਂ ਹੋਣ ਜਾ ਰਿਹਾ ਹੈ, ਕਿਉਂ ਕਰਨਾ ਜ਼ਰੂਰੀ ਹੈ, ਇਸ ਦੇ ਲਈ ਅਸੀਂ ਰਮਨ ਸ਼ਰਮਾ ਹੋਰਾਂ ਨੂੰ ਸਟੂਡੀਓ ਦੇ ਵਿੱਚ ਸੱਦਾ ਦਿੱਤਾ ਸੀ। ਉਹਨਾਂ ਦਾ ਤਜ਼ਰਬਾ ਨਵਾਂ ਨਹੀਂ ਹੈ, ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ, ਲੁਧਿਆਣੇ ਦੇ ਵਿੱਚ ਉਹ ਇਸ ਤਰ੍ਹਾਂ ਦੇ ਅਨੇਕਾਂ ਤਜ਼ਰਬੇ ਕਰ ਚੁੱਕੇ ਨੇ ਅਤੇ ਕਈ ਕਈ ਵਾਰੀ ਇਸ ਤਰ੍ਹਾਂ ਦੇ ਤਜ਼ਰਬੇ ਉਹ ਸਫਲ ਕਰਦੇ ਰਹੇ ਨੇ। ਹੁਣ ਉਹ ਪਹਿਲੀ ਵਾਰ ਲੋਅਰ ਮੇਨਲੈਂਡ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਐਕਸਪੋ ਕਰਨ ਜਾ ਰਹੇ ਨੇ। ਇਸ ਦੇ ਮੁਤਾਬਕ ਸਾਡੀ ਗੱਲਬਾਤ ਚੱਲੇਗੀ। ਆਓ ਪਹਿਲਾਂ ਰਮਨ ਸ਼ਰਮਾ ਜੀ ਦਾ ਹਾਰਦਿਕ ਸਵਾਗਤ ਕਰੀਏ ਅਤੇ ਫਿਰ ਬਹੁਤ ਸਾਰੀਆਂ ਗੱਲਾਂ ਬਾਤਾਂ ਇਸ ਐਕਸਪੋ ਦੇ ਮੁਤਾਬਕ ਉਹਨਾਂ ਤੋਂ ਜਾਣਾਂਗੇ। ਰਮਨ ਸ਼ਰਮਾ ਜੀ, ਸਵਾਗਤ ਹੈ ਜੀ। ਹਾਂ, ਸਤਿ ਸ਼੍ਰੀ ਅਕਾਲ ਜੀ, ਨਮਸਕਾਰ। ਅਤੇ ਮੈਨੂੰ ਵਧੀਆ ਲੱਗਾ ਤੁਹਾਡੇ ਸਟੂਡੀਓ ਦੇ ਵਿੱਚ ਆ ਕੇ ਜੀ, ਅਤੇ ਬੜੀ ਖੁਸ਼ੀ ਹੋਈ ਕਿ ਤੁਸੀਂ ਸਾਨੂੰ ਮੌਕਾ ਦਿੱਤਾ ਜੀ ਕਿ ਅਸੀਂ ਕੁਛ ਦੱਸ ਸਕੀਏ ਵੀ ਅਸੀਂ ਕੀ ਲੈ ਕੇ ਆ ਰਹੇ ਹੈਗੇ, ਕੀ ਕਰਨਾ ਚਾਹੁੰਦੇ ਹਾਂ, ਕੀ ਸਾਡਾ ਮਕਸਦ ਹੈਗਾ ਜੀ। ਅਤੇ ਰਮਨ ਜੀ, ਜਿਸ ਤਰ੍ਹਾਂ ਹੁਣ ਤੁਸੀਂ ਦੱਸ ਰਹੇ ਹੋ ਕਿ ਮਕਸਦ ਦੇ ਵੱਲ ਆਪਾਂ ਵਧੀਏ, ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਪੰਜਾਬ ਦੇ ਵਿੱਚ, ਮੈਨੂੰ ਪਤਾ ਭਾਰਤ ਦੇ ਵਿੱਚ ਲਗਭਗ ਇੱਕ ਦਹਾਕੇ ਤੱਕ 10 ਵਰ੍ਹਿਆਂ ਤੱਕ ਤੁਸੀਂ ਐਕਸਪੋ ਲਾਉਂਦੇ ਰਹੇ, ਉਹ ਕਿਸ ਦੇ ਮੁਤਾਬਕ ਹੁੰਦਾ ਸੀ ਅਤੇ ਕਦੋਂ ਸ਼ੁਰੂ ਕੀਤਾ, ਕਿੰਨੀ ਦੇਰ ਕਰਦੇ ਰਹੇ? ਅਸੀਂ ਦੇਖੋ ਜੀ, 1994 ਦੇ ਵਿੱਚ ਸਟਾਰਟ ਕੀਤਾ ਸੀਗਾ ਉੱਥੇ ਲੁਧਿਆਣੇ ਦੇ ਵਿੱਚ ਪਹਿਲਾ ਐਕਸਪੋ। ਅੱਛਾ ਜੀ। ਕਿਉਂਕਿ ਲੁਧਿਆਣਾ ਮੇਨ ਹੌਜ਼ਰੀ ਇੰਡਸਟਰੀ ਨਾਲ ਬਹੁਤ ਵੱਡੀ ਇੰਡਸਟਰੀ ਸੀ, ਸਾਈਕਲਾਂ ਦੀ ਮਾਰਕੀਟ ਵੱਡੀ ਸੀ, ਹੌਜ਼ਰੀ ਦੀ ਮਾਰਕੀਟ, ਹੌਜ਼ਰੀ ਮੇਨ ਹੌਜ਼ਰੀ ਦੀ ਮਾਰਕੀਟ ਬਹੁਤ ਵੱਡੀ ਹੈਗੀ ਹੈ। ਅਤੇ ਜਿੰਨੇ ਵੀ ਮੈਨੂਫੈਕਚਰ ਸੀਗੇ ਉਹ ਸਾਰੇ ਮਸ਼ੀਨਾਂ ਜਿਹੜੀਆਂ ਬਾਹਰੋਂ ਇੰਪੋਰਟ ਕਰਦੇ ਹੁੰਦੇ ਸੀ। ਅਤੇ ਉਹਨਾਂ ਨੇ, ਉਹ ਕਦੀ ਆਪ ਕਿਸੇ ਟ੍ਰੇਡ ਸ਼ੋਅ 'ਤੇ ਗਏ ਨਹੀਂ, ਉਹਨਾਂ ਨੇ ਕੋਈ ਮਸ਼ੀਨ ਬਾਏ ਕਰਨੀ ਹੁੰਦੀ ਸੀ ਤਾਂ ਉਹਨਾਂ ਨੂੰ ਫੋਰਨ ਕੰਟਰੀਆਂ 'ਚ ਜਾਣਾ ਪੈਂਦਾ ਸੀ। ਅੱਛਾ ਜੀ। ਵੀਜ਼ੇ ਦੀ ਵੀ ਮੁਸ਼ਕਲ ਹੁੰਦੀ ਸੀ, ਕਈ ਵਾਰੀ ਉਹ ਏਜੰਟਾਂ ਦੇ ਥਰੂ ਲੁੱਟੇ ਵੀ ਜਾਂਦੇ ਸੀਗੇ, ਮਤਲਬ ਕਈ ਪ੍ਰੋਬਲਮ ਆਉਂਦੀਆਂ ਸੀ ਉਹਨਾਂ ਨੂੰ। ਅਤੇ ਮੈਂ ਇਸ ਚੀਜ਼ ਨੂੰ ਦੇਖਿਆ ਵੀ ਅਗਰ ਅਸੀਂ ਉਹਨਾਂ ਨੂੰ ਪਲੇਟਫਾਰਮ ਦਈਏ ਇੱਥੇ, ਅਗਰ ਉਹਨਾਂ ਨੇ ਮਸ਼ੀਨ ਖਰੀਦਣੀ ਹੈ, ਉਹ ਜਿਹੜੇ ਮਸ਼ੀਨਾਂ ਬਣਾ ਰਹੇ ਹੈਗੇ ਉਹ ਬਣਾ ਕਦੇ ਲਈ ਰਹੇ, ਵੇਚਣ ਲਈ ਉਹ ਮਾਰਕੀਟ ਲੱਭ ਰਹੇ, ਮਾਰਕੀਟ ਲੱਭ ਰਹੇ ਹੈਗੇ ਆ, ਕਿ ਅਗਰ ਆਪਾਂ ਉਹਨਾਂ ਨੂੰ ਮਾਰਕੀਟ ਦੇ ਦਈਏ ਬੈਠੇ ਬਿਠਾਏ ਜੀ, ਔਰ ਬਾਹਰ ਸਾਡੇ ਕੋਲ ਆਲਰੇਡੀ ਹੈਗਾ, ਉਹਨਾਂ ਨੂੰ ਜ਼ਰੂਰਤ ਹੈ, ਉਹਨਾਂ ਨੂੰ ਜ਼ਰੂਰਤ ਹੈਗੀ ਆ, ਅਤੇ ਇਹਦੇ ਵਿੱਚ ਥੋੜ੍ਹੀ ਜਿਹੀ ਐਫਰਟ ਕਰਨੀ ਪਈ ਅਤੇ ਉਹ ਕੰਮ ਸ਼ੁਰੂ ਹੋ ਗਿਆ। 1999 'ਚ ਲਿਆ ਸੀ ਜਾਂ ਕਈ ਸਾਲ ਪਹਿਲਾਂ ਪੜਪਣ ਲੱਗ ਗਿਆ? 1994 ਦੇ ਵਿੱਚ ਪਹਿਲਾ ਸ਼ੋਅ ਸੀਗਾ। ਅੱਛਾ। ਬਟ ਉਹ ਸ਼ੋਅ 'ਤੇ ਵਰਕ ਕਰਦੇ ਕਰਦੇ ਮੈਨੂੰ 2 ਸਾਲ ਪਹਿਲਾਂ ਤੋਂ ਮੈਂ ਸਟਾਰਟ ਕੀਤਾ ਸੀ। ਅੱਛਾ ਜੀ।
2 ਸਾਲ ਮੈਂ ਬੜੀ ਮਿਹਨਤ ਕੀਤੀ, ਮੈਂ ਲੋਕਾਂ ਨੂੰ ਗਾਈਡ ਕੀਤਾ, ਦੱਸਿਆ ਵੀ ਸ਼ੋਅ ਹੁੰਦਾ, ਪਰ ਆਪਣੇ ਲੋਕਾਂ ਦੇ ਵੰਗ 'ਚ ਆ ਜਾਂਦੀ ਸੀ ਗੱਲ, ਨਹੀਂ ਲੋਕਾਂ ਨੂੰ ਪਤਾ ਹੀ ਨਹੀਂ ਸੀ ਸ਼ੋਅ ਹੁੰਦਾ ਕੀ ਹੈ। ਅੱਛਾ ਜੀ, ਠੀਕ ਹੈ, ਕਿਉਂਕਿ ਉੱਥੇ ਪਹਿਲਾਂ ਲੁਧਿਆਣਾ ਦੇ ਵਿੱਚ ਕਦੀ ਵੱਡੇ ਲੈਵਲ ਦੇ ਉੱਤੇ ਕੋਈ ਸ਼ੋਅ ਹੁੰਦੇ ਨਹੀਂ ਸੀਗੇ, ਅਤੇ ਮੈਂ ਕਿਉਂਕਿ ਇੰਡਸਟਰੀ ਦੇ ਵਿੱਚ ਤਾਲੁਕ ਰੱਖਦਾ ਸੀਗਾ, ਕੰਮ ਕਰਦਾ ਸੀਗਾ, ਮੈਂ ਬੰਬੇ ਦਿੱਲੀ ਸ਼ੋਆਂ ਦੇ ਵਿੱਚ ਵੀ ਜਾਂਦਾ ਸੀਗਾ, ਉਹਨਾਂ ਨੂੰ ਵੀ ਸਟੱਡੀ ਕਰਦਾ ਹੁੰਦਾ ਸੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਉੱਥੋਂ ਮੈਂ ਦੇਖਿਆ ਕਿ ਜਦ ਲੇਟੈਸਟ ਇਨਫੋਰਮੇਸ਼ਨ ਜੇ ਸਾਨੂੰ ਮਿਲ ਸਕਦੀ ਹੈਗੀ ਹੈ ਤਾਂ ਇਹਦਾ ਬੈਨੀਫਿਟ ਆਪਾਂ ਇੰਡਸਟਰੀ ਨੂੰ ਕਿਉਂ ਨਾ ਦਈਏ, ਨਾਲੇ ਸਮਾਂ ਬਚੂ, ਨਾਲੇ ਤੋਂ ਬਚਣਗੇ। ਹਾਂਜੀ ਹਾਂਜੀ, ਅਤੇ ਬਸ ਉਹ ਸਭ ਨੂੰ ਦੇਖਦੇ ਹੋਏ ਅਸੀਂ ਫਿਰ ਲੁਧਿਆਣੇ ਆਪਣਾ ਅਸੀਂ ਸ਼ੋਅ ਲਾਂਚ ਕੀਤਾ। ਅੱਛਾ ਜੀ, ਸ਼ੋਅ ਤਾਂ ਲਾਂਚ ਕਰ ਦਿੱਤਾ, ਬਟ ਸਾਨੂੰ ਦਿੱਕਤਾਂ ਬੜੀਆਂ ਆਈਆਂ। ਕਿਹੋ ਜਿਹੀਆਂ? ਸਭ ਤੋਂ ਵੱਡੀ ਉਹੀ ਗੱਲ ਸੀਗੀ ਕਿ ਲੋਕ ਵਿਸ਼ਵਾਸ ਟਰੱਸਟ ਨਹੀਂ ਕਰਦੇ ਸੀ ਵੀ ਸ਼ੋਅ ਕੀ ਹੋਏਗਾ, ਕਿੱਦਾਂ ਦਾ ਹੋਏਗਾ, ਤੁਸੀਂ ਕਰ ਪਾਓਗੇ ਕਿ ਨਹੀਂ ਪਾਓਗੇ, ਕੌਣ ਲੋਕਾਂ ਨੂੰ ਕੌਣ ਆਊਗਾ, ਕੌਣ ਜਾਊਗਾ, ਕੋਈ ਆਊਗਾ ਕਿ ਨਹੀਂ ਆਊਗਾ। ਅੱਛਾ, ਬਹੁਤ ਜ਼ਿਆਦਾ ਮੁਸ਼ਕਲਾਂ ਆਈਆਂ, ਬਟ ਉਹ ਕਹਿੰਦੇ ਆ ਨਾ ਕਿ ਅੱਗੇ ਵਧਣ ਲਈ ਕੁਛ ਰਿਸਕ ਵੀ ਲੈਣੇ ਪੈਂਦੇ, ਫੈਸਲੇ ਲੈਣੇ ਪੈਂਦੇ ਆ ਜੀ। ਅਤੇ ਰਿਸਕ ਅਸੀਂ ਇਹੀ ਲਿਆ ਕਿ ਮੈਂ ਉਹਨਾਂ ਨੂੰ ਜਿਹੜੇ ਵੱਡੇ ਵੱਡੇ ਡੀਲਰ ਸੀ, ਮੈਨੂਫੈਕਚਰਰ ਸੀਗੇ ਜਾਂ ਫੋਰਨ ਕੰਟਰੀਆਂ ਵਾਲੇ ਵੀ ਸੀਗੇ ਜਿਨ੍ਹਾਂ ਦੇ ਏਜੰਟ ਬੈਠੇ ਜੀ, ਅੱਛਾ ਜੀ, ਉਹਨਾਂ ਨੂੰ ਕੌਨਫੀਡੈਂਸ 'ਚ ਲੈਣ ਲਈ ਉਹਨਾਂ ਨੂੰ ਇੱਕੋ ਹੀ ਔਫਰ ਕੀਤੀ ਕਿ ਤੁਸੀਂ ਪਾਰਟੀਸਪੇਟ ਕਰੋ, ਮੈਨੂੰ ਪੈਸੇ ਨਾ ਦਿਓ। ਅੱਛਾ ਜੀ, ਠੀਕ ਹੈ, ਜੇ ਤੁਹਾਨੂੰ ਸ਼ੋਅ ਵਧੀਆ ਲੱਗੂ, ਤੁਹਾਨੂੰ ਕੋਈ ਔਡਰ ਮਿਲੂਗਾ ਤਾਂ ਮੈਨੂੰ ਪੈਸੇ ਦਿਓ, ਅੱਛਾ, ਨਹੀਂ ਤਾਂ ਨਾ ਦਿਓ। ਅੱਛਾ ਜੀ, ਇਸ ਪੁਆਇੰਟ ਦੇ ਨਾਲ, ਇਸ ਜਿਹੜੀ ਔਫਰ ਦੇ ਨਾਲ ਮੈਨੂੰ ਇੱਕ ਮਤਲਬ ਪਲੇਟਫਾਰਮ ਮਿਲਿਆ। ਅੱਛਾ ਜੀ, ਅਤੇ ਲੋਕਾਂ ਨੇ ਪਾਰਟੀਸਪੇਟ ਕੀਤਾ ਔਰ ਉਹ ਸ਼ੋਅ ਇੰਨਾ ਕਾਮਯਾਬ ਹੋਇਆ। ਇਹ ਇਹ 94 ਤੋਂ ਬਾਅਦ ਦਾ, 95 96 ਨਹੀਂ, ਇਹ 94 ਦਾ ਪਹਿਲੇ ਸ਼ੋਅ ਦੀ ਗੱਲ ਕਰ, 94 ਦੀ ਗੱਲ। ਹਾਂਜੀ, ਅੱਛਾ ਜੀ, ਔਰ ਇੰਨਾ ਸ਼ੋਅ ਕਾਮਯਾਬ ਹੋਇਆ ਕਿ ਲੋਕਾਂ ਨੇ ਉਹ ਸ਼ੋਅ ਦੇ ਪੈਸੇ ਤਾਂ ਮੈਨੂੰ ਦਿੱਤੇ ਹੀ ਦਿੱਤੇ, ਤਾਂ ਅਗਲੇ ਦੇ ਵੀ ਮੈਨੂੰ ਐਡਵਾਂਸ ਦੇ ਗਏ, ਚਲੋ ਜੀ ਅਗਲੇ ਸਾਲ ਜਿਹੜਾ ਸ਼ੋਅ ਕਰਨਾ ਉਹਦੇ ਵੀ ਸਾਡੇ ਉਹਨੇ ਐਡਵਾਂਸ ਲਓ। ਅੱਛਾ, ਉਹ ਦੱਸਿਓ ਮੈਨੂੰ ਜਿਹੜੇ ਦਰਸ਼ਕ ਨੇ, ਤਾਂ ਪੂਰਾ ਨੂੰ ਵੀ ਪਤਾ ਲੱਗ ਸਕੇ, 94 ਦੇ ਵਿੱਚ 94 ਦੇ ਵਿੱਚ ਜਦੋਂ ਤੁਸੀਂ ਐਕਸਪੋ ਉੱਥੇ ਕੀਤਾ, ਅਤੇ ਕਿਹੜੇ ਕਿਹੜੇ ਮੁਲਕਾਂ ਤੋਂ ਉੱਥੇ ਜਿਹੜੇ ਮੈਨੂਫੈਕਚਰਰ ਸਨ ਜਾਂ ਜੋ ਮਸ਼ੀਨਾਂ ਬਣਾਉਣ ਵਾਲੇ ਸਨ ਜਿਨ੍ਹਾਂ ਨੇ ਆਪਣੀ ਮਾਰਕੀਟ ਲੱਭਣੀ ਸੀ, ਕਿੱਥੋਂ ਕਿੱਥੋਂ ਪਹੁੰਚੇ? ਉਹ ਇਹ ਪੁੱਛੋ ਜੀ ਕਿ ਕਿੱਥੋਂ ਨਹੀਂ ਪਹੁੰਚੇ ਜੀ, ਕਿ ਸਾਰੀਆਂ ਦੱਸ ਦਿਓ, ਅਮੈਰੀਕਨ ਕੰਪਨੀਆਂ ਸੀਗੀਆਂ, ਯੂਰਪ ਦੀਆਂ ਕੰਪਨੀਆਂ ਸੀਗੀਆਂ, ਜਿੱਥੋਂ ਸਪੈਸ਼ਲੀ ਜਰਮਨ ਦੇ ਵਿੱਚ ਹੌਜ਼ਰੀ ਮਸ਼ੀਨ ਬੜੀ ਬਣਦੀ ਹੈਗੀ ਹੈ, ਠੀਕ ਹੈ, ਇਟਾਲੀਅਨ ਮਸ਼ੀਨਾਂ ਸੀਗੀਆਂ, ਹਾਂਗਕਾਂਗ ਦੀਆਂ, ਚਾਈਨਾ, ਤਾਈਵਾਨ, ਕੋਰੀਆ, ਕੋਈ ਐਸੀ ਕੰਟਰੀ ਨਹੀਂ ਜਿੱਥੇ ਵੀ ਵੱਡੀਆਂ ਮਸ਼ੀਨਾਂ ਹੌਜ਼ਰੀ ਦੀਆਂ ਬਣਦੀਆਂ, ਉਹ ਸਾਰੀਆਂ ਸਾਰੀਆਂ ਉੱਥੇ ਪਹੁੰਚ ਗਈਆਂ। ਅੱਛਾ ਜੀ, ਔਰ ਦੂਸਰੀ ਗੱਲ ਹੈ ਕਿ ਲੋਕ ਇਸ ਗੱਲ 'ਤੇ ਵੀ ਹੈਰਾਨ ਸੀਗੇ ਵੀ ਗੋਰੇ ਵੀ ਉੱਥੇ ਜਦੋਂ ਜਦ ਪਹੁੰਚੇ ਆਪਣੇ ਲੋਕ ਦੇਖਣ ਲਈ, ਅਤੇ ਉਹ 94 ਦੇ ਵਿੱਚ ਉਹਨਾਂ ਲਈ ਉਹ ਵੀ ਵੱਡੀ ਗੱਲ ਸੀਗੀ। ਔਰ ਉਹ ਸ਼ੋਅ ਨੂੰ ਕੰਟਰੋਲ ਕਰਨ ਲਈ ਅਸੀਂ ਉੱਥੇ ਛੋਟੀ ਜਿਹੀ ਟਿਕਟ ਵੀ ਲਾਤੀ। ਕਿੰਨੀ ਕੁ ਜੀ? ਉਸ ਟਾਈਮ ਅਸੀਂ ਪਹਿਲੀ ਟਿਕਟ ਜਿਹੜੀ ਸੀ ਐਂਟਰੀ ਟਿਕਟ ਲਾਈ ਸੀ 20 ਰੁਪਏ। ਅੱਛਾ, 20 ਦੇ ਕੇ ਲੋਕ ਆਏ? ਮੈਂ ਕਹਿੰਦਾ ਜੀ ਕਿ ਲੋਕ ਕਹਿੰਦੇ ਸੀ ਕਿ ਉੱਥੇ ਇੰਨੀ ਲਾਈਨਅਪ ਲੱਗੀ ਹੋਈ ਸੀਗੀ, ਉਹ ਕਹਿੰਦੇ ਸਾਨੂੰ ਤੁਸੀਂ 20 ਦੀ ਬਜਾਏ ਤਾਂ 100 ਫੜੋ, ਅੰਦਰ ਜਾਣ ਦਿਓ ਸਾਨੂੰ। ਅਤੇ ਨਹੀਂ, ਬਟ ਇਹ ਸੀਗਾ ਕਿ ਲੋਕਾਂ ਦਾ ਜੋ ਮੈਨੂੰ ਪਿਆਰ, ਹੁੰਗਾਰਾ ਔਰ ਜੋ ਸਪੋਰਟ ਮੈਨੂੰ ਮਿਲੀ ਹੈ, ਅਤੇ ਉਹਦਾ ਤਾਂ ਖੈਰ। ਅੱਛਾ, ਜਿਹੜੇ ਚਲੋ ਬਾਹਰਲੇ ਕੰਟਰੀ ਤੋਂ ਉਹਨਾਂ ਨੇ ਤਾਂ ਮਾਰਕੀਟ ਵੇਖਣੀ ਸੀ ਤੁਹਾਡੀ, ਉਹਨਾਂ ਨੇ ਬੇਨਤੀ ਮਨਜ਼ੂਰ ਕੀਤੀ, ਸੱਦਾ ਪ੍ਰਵਾਨ ਕੀਤਾ, ਉਹ ਆਪੋ ਆਪਣੀਆਂ ਮਸ਼ੀਨਾਂ ਦੇ ਨਾਲ ਆਪਣੇ ਏਜੰਟਾਂ ਦੇ ਥਰੂ ਤੁਹਾਡੇ ਤੱਕ ਪਹੁੰਚ ਗਏ।
ਹੁਣ ਤੁਸੀਂ ਦੱਸ ਰਹੇ ਹੋ ਕਿ ਉਹ ਭੀੜ ਭੜੱਕਾ ਲੱਗਿਆ $20 ਦੀ ਐਂਟਰੀ ਟਿਕਟ, ਉਹ ਮੇਰੇ ਵਰਗੇ ਦੇਖਣ ਵਾਲੇ ਸਨ ਜਾਂ ਜਿਹੜੇ ਹੌਜ਼ਰੀ ਦੇ ਨਾਲ ਸੰਬੰਧਿਤ ਸਨ, ਉਹ ਖਰੀਦਦਾਰ ਸਨ, ਉਹ ਕੌਣ ਸੀ ਜਿਹੜੇ ਲਾਈਨ 'ਚ ਖੜ੍ਹੇ ਸੀ? ਉਹ ਸਾਰੀ ਤਰ੍ਹਾਂ ਦੇ ਸੀਗੇ। ਅੱਛਾ ਜੀ। ਜਿਨ੍ਹਾਂ ਨੇ ਕਦੇ ਸ਼ੋਅ ਨਹੀਂ ਸੀ ਦੇਖਿਆ ਉਹ ਵੀ ਸੀਗੇ, ਜਿਹੜੇ ਖਰੀਦਦਾਰ ਸੀਗੇ ਉਹ ਵੀ ਸੀ। ਅੱਛਾ। ਜਿਹੜੇ ਵੀ ਹੌਜ਼ਰੀ ਨਾਲ ਕਿਸੇ ਵੀ ਤਰੀਕੇ ਨਾਲ ਤਲੁਕ ਰੱਖਦੇ ਸੀ, ਉਹ ਸਾਰੇ ਦੇ ਸਾਰੇ ਪਹੁੰਚੇ ਹੋਏ ਸੀ। ਅੱਛਾ ਜੀ। ਔਰ ਸਾਡੇ ਕੋਲ ਅੰਦਰ ਵੜਨ ਨੂੰ ਜਗ੍ਹਾ ਨਹੀਂ ਸੀ ਹੁੰਦੀ, ਅੰਦਰ ਮਤਲਬ ਗੈਦਰਿੰਗ ਇੰਨੀ ਜ਼ਿਆਦਾ, ਕਿੰਨਾ ਥਾਂ ਸੀ, ਸਪੇਸ ਫੁੱਲ ਤਾਂ ਨਹੀਂ ਸੀ? ਦੇਖੋ ਸਾਡੇ ਕੋਲ ਉੱਥੇ ਵੀ ਸਾਡੇ 100 ਬੂਥ ਦਾ ਘੱਟੋ ਘੱਟ ਸੀਗਾ ਏਰੀਆ। ਵੈਲਕਮ ਪੈਲਸ ਲੁਧਿਆਣੇ ਦਾ ਕਾਫੀ ਮਸ਼ਹੂਰ ਹੈਗਾ ਜੀ, ਅਤੇ ਉਹ ਸਾਰਾ ਭਰਿਆ ਹੋਣ ਦੇ ਬਾਵਜੂਦ ਵੀ ਵਿਜ਼ਿਟਰ ਇੰਨਾ ਆ ਗਿਆ ਸੀਗਾ, ਅਟੈਂਡੀ ਇੰਨਾ ਸੀਗਾ ਕਿ ਸਾਡੇ ਕੋਲ ਸਿਕਿਉਰਿਟੀ ਸਾਨੂੰ ਬੁਲਾਉਣੀ ਪਈ ਔਰ ਉਹਦੇ 'ਤੇ ਰੋਕ ਲਾਉਣੀ ਪਈ ਵੀ ਤੁਸੀਂ ਅਜੇ ਅੱਧਾ ਘੰਟਾ ਵੇਟ ਕਰੋ, ਲੋਕ ਬਾਹਰ ਨਿਕਲਣਗੇ ਤਾਂ ਤੁਹਾਨੂੰ ਅੱਗੇ ਵਾੜਾਂਗੇ ਅੰਦਰ। ਸਾਡੇ ਬੋਕਸਿੰਗ ਡੇ ਵਾਂਗ ਜਾਂ ਬਲੈਕ ਫਰਾਈਡੇ ਵਾਂਗ ਕੇ ਪਹਿਲਾਂ ਇੰਨੇ ਵਾੜਨੇ ਆ, ਤੁਸੀਂ ਲਾਈਨ 'ਚ ਲੱਗੇ ਰਹੋ, ਫਿਰ ਇਹ ਬਾਹਰ ਕੱਢ ਦਿਆਂਗੇ, ਫਿਰ ਤੁਹਾਨੂੰ ਐਂਟਰ ਕਰਵਾ ਲਾਂਗੇ। ਉਹੀ ਕੰਮ, ਬਿਲਕੁਲ ਠੀਕ ਕਹਿ ਰਿਹਾ। ਅਤੇ ਕਿੰਨੀ ਕੁ ਦੇਰ ਦਾ ਹੋਇਆ ਜੀ ਫਿਰ, ਪੂਰੇ ਦਿਨ ਦਾ ਸੀ ਜਾਂ 2 ਦਿਨ ਦਾ ਸੀ? ਨਹੀਂ, ਉਹ 3 ਦਿਨ ਦਾ ਸ਼ੋਅ ਸੀਗਾ ਜੀ। ਅੱਛਾ ਜੀ। 3 ਦਿਨ ਭੀੜ ਭੜਕਾ ਲੱਗ ਰਿਹਾ? 3 ਦਿਨ ਭੀੜ ਭੜਕਾ ਰਿਹਾ। ਅੱਛਾ, 3 ਦਿਨਾਂ ਦੇ ਵਿੱਚ ਇਹ ਹੁੰਦਾ ਵੀ ਅੱਜ ਨਵੀਆਂ ਮਸ਼ੀਨਾਂ ਆ ਗਈਆਂ ਜਾਂ 3 ਦਿਨ ਸੇਮ ਮਸ਼ੀਨ? ਨਹੀਂ ਨਹੀਂ ਨਹੀਂ, ਸੇਮ ਮਸ਼ੀਨਾਂ ਹੀ ਸੀ। ਲੋਕਾਂ ਨੇ ਕੀ ਕੀਤਾ ਕਿ ਜਿੱਦਾਂ ਲੋਕ ਸਾਰੇ ਬੂਥਾਂ 'ਤੇ ਜਾ ਨਹੀਂ ਪਾਏ ਕਈ ਵਾਰੀ। ਅੱਛਾ ਜੋ, ਠੀਕ ਹੈ, ਉਹ ਦੂਜੇ ਦਿਨ ਆ ਗਏ ਤੀਜੇ ਦਿਨ ਜਾਂ ਪਹਿਲੇ ਦਿਨ ਆਏ, ਦੇਖਿਆ ਕੀ ਹੈਗਾ, ਦੂਜੇ ਦਿਨ ਆਪਣੇ ਪਾਰਟਨਰ ਨੂੰ ਲੈ ਆਏ, ਤੀਜੇ ਦਿਨ ਆਪਣੇ ਰਿਸ਼ਤੇਦਾਰਾਂ ਨੂੰ ਲੈ ਆਏ, ਡਿਸੀਜਨ ਬਣਾਉਣਾ ਹੁੰਦਾ ਮਤਲਬ। ਹਾਂ, ਵੀ ਉਹ ਚੀਜ਼ਾਂ ਦੇਖੀਆਂ ਤਾਂ ਸੀ ਵੀ ਆਹ ਚੀਜ਼ ਹੈ ਕੀ ਚੀਜ਼ ਆ, ਉਹਨਾਂ ਲਈ ਬਹੁਤ ਨਵੀਂ ਚੀਜ਼ ਸੀਗੀ, ਠੀਕ ਹੈ ਨਾ। ਅਤੇ ਉਹ ਮਤਲਬ ਲੋਕਾਂ ਦਾ ਜੋ ਹੁੰਗਾਰਾ ਸੀਗਾ ਇੰਨਾ ਜ਼ਬਰਦਸਤ ਸੀਗਾ ਕਿ ਮੈਂ ਅੱਜ ਵੀ ਉਹ ਦੇਖ ਕੇ ਜਾਂ ਸੋਚ ਕੇ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਅਗਰ ਉਹਨਾਂ ਨੇ ਮੈਨੂੰ ਸਪੋਰਟ ਨਾ ਕੀਤਾ ਹੁੰਦਾ ਤਾਂ ਮੈਂ ਅੱਜ ਦੀ ਡੇਟ ਦੇ ਵਿੱਚ ਉੱਥੇ ਕਾਮਯਾਬ ਨਾ ਹੁੰਦਾ। ਅੱਛਾ, ਜਦੋਂ ਪਹਿਲਾਂ ਹੀ 1994 ਦੇ ਵਿੱਚ ਤੁਸੀਂ ਇਹ ਐਕਸਪੋ ਲਾਉਂਦੇ ਹੋ, ਉਸ ਦੇ ਵਿੱਚ ਜਿਹੜੇ ਤੁਹਾਡੇ ਸੱਦੇ ਨੂੰ ਪ੍ਰਵਾਨ ਕਰਕੇ ਉੱਥੇ ਪਹੁੰਚੇ ਸੀ, ਉਹਨਾਂ 'ਚੋਂ ਤਸੱਲੀ ਦਾ ਪ੍ਰਗਟਾਵਾ ਕਿੰਨੇ ਕੁ ਪ੍ਰਸੈਂਟ ਕੀਤਾ, ਕਿੰਨੀ ਕੁ ਉਹਨਾਂ ਦੀ ਵਿਕਰੀ ਹੋਈ ਜੀ ਉੱਥੇ? ਦੇਖੋ, ਉਹਦੇ 'ਚ ਪਹਿਲਾਂ ਤਾਂ ਇਹ ਸੀਗਾ ਕਿ ਮੈਂ ਉਹਨਾਂ ਨੂੰ ਤਾਂ ਸਿੱਧੀ ਔਫਰ ਕੀਤੀ ਸੀ ਕਿ ਮੈਨੂੰ ਤੁਸੀਂ ਪੈਸੇ ਤਾਂ ਦਈਓ ਜੇ ਤੁਹਾਨੂੰ ਬਿਜ਼ਨਸ ਮਿਲੂਗਾ। ਬਟ ਜਦੋਂ ਸ਼ੋਅ ਖਤਮ ਹੋਇਆ, ਉਹਨਾਂ ਨੇ ਮੇਰੇ ਤਾਂ ਪੈਸੇ ਦਿੱਤੇ ਹੀ ਦਿੱਤੇ ਆ, ਉਲਟਾ ਅਗਲੇ ਸਾਲਾਂ ਦੇ ਸ਼ੋਅ ਦੇ ਵੀ ਮੈਨੂੰ ਦੇ ਗਏ ਐਡਵਾਂਸ ਵੀ ਆਹ ਲਓ ਜੀ ਸਾਡਾ ਅਗਲੇ ਸਾਲ ਵੀ ਬੁੱਕ ਕਰ ਲਓ। ਹੁਣੀ ਕਰ ਲਿਆ ਜੀ? ਫਿਰ ਕਰ ਲਏ ਅਗਲੇ ਸਾਲ ਦੀ ਬੁਕਿੰਗ ਲੈਣ ਤੋਂ ਬਾਅਦ ਅੱਗੇ ਕੀ ਵਾਪਰਦਾ ਵੇਖਦੇ ਰਹੋ ਪ੍ਰਾਈਮ ਏਸ਼ੀਆ। ਬਹੁਤ ਵਿਸ਼ਾਲ ਹੈ ਖਬਰਾਂ ਦਾ ਇਹ ਸੰਸਾਰ, ਕਦੇ ਸੱਚ ਦੀ ਖਬਰ ਤੇ ਕਦੇ ਕੱਚ ਦੀ ਖਬਰ, ਕਦੇ ਦੁੱਖ ਦੀ ਖਬਰ ਤੇ ਕਦੇ ਭੁੱਖ ਦੀ ਖਬਰ, ਪਰ ਹਰ ਖਬਰ ਦੇ ਪਿੱਛੇ ਲੁਕੀ ਹੁੰਦੀ ਹੈ ਇੱਕ ਖਬਰ, ਜਿਸ ਦੀ ਗੱਲ ਕਰਦੇ ਹਾਂ ਅਸੀਂ ਪ੍ਰੋਗਰਾਮ ਖਬਰ ਦੀ ਖਬਰ ਦੇ ਵਿੱਚ। ਪ੍ਰਾਈਮ ਏਸ਼ੀਆ ਟੀ ਵੀ 'ਤੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਹਰ ਰੋਜ਼ ਟੋਰਾਂਟੋ ਟਾਈਮਿੰਗ 8:30 ਸ਼ਾਮੀ ਅਤੇ ਇਸੇ ਟਾਈਮ ਵੈਨਕੂਵਰ। ਪ੍ਰਾਈਮ ਏਸ਼ੀਆ ਟੈਲੀਵਿਜ਼ਨ ਇਸ ਵਕਤ ਤੁਸੀਂ ਵੇਖ ਰਹੇ ਹੋ। ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਮੁਤਾਲਕ ਤੁਹਾਡੀ ਕੋਈ ਰਾਏ ਹੋਵੇ, ਤੁਹਾਡੇ ਕੋਈ ਸੁਝਾਅ ਹੋਣ, ਸਾਨੂੰ ਸਾਡੇ ਵਟਸਐਪ ਨੰਬਰ ਦੇ ਜ਼ਰੀਏ, ਫੋਨ ਦੇ ਰਾਹੀਂ ਜਾਂ ਈਮੇਲ ਦੇ ਜ਼ਰੀਏ ਪੁੱਛਦੇ ਕੀਤੇ ਜਾ ਸਕਦੇ ਨੇ। ਅੱਜ ਸਾਡੇ ਨਾਲ ਰਮਨ ਸ਼ਰਮਾ ਜੀ ਸਾਡੇ ਮਹਿਮਾਨ ਨੇ। ਐਕਸਪੋ ਦੇ ਮੁਤਾਲਕ ਗੱਲਬਾਤ ਚੱਲ ਰਹੀ ਹੈ, ਲੁਧਿਆਣੇ ਦੇ ਵਿੱਚੋਂ 1994 ਦੇ ਵਿੱਚ ਸ਼ੁਰੂਆਤ ਹੁੰਦੀ ਹੈ।
94 ਦੇ ਵਿੱਚ ਉਹਨਾਂ ਦਾ ਤਜਰਬਾ ਕਿਸ ਤਰ੍ਹਾਂ ਦਾ ਰਿਹਾ ਅਤੇ ਉਸ ਤੋਂ ਬਾਅਦ ਅਗਲੇ ਵਰ੍ਹਿਆਂ ਦੇ ਵਿੱਚ ਕਿਵੇਂ ਕਿਵੇਂ ਅੱਗੇ ਵੱਧਦੇ ਨੇ ਅਤੇ ਹੁਣ ਗੱਲ ਇਹ ਵੈਨਕੂਵਰ ਤੱਕ ਕਿਵੇਂ ਪਹੁੰਚੀ ਹੈ, ਇਹ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਰਮਨ ਜੀ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ 94 ਦੇ ਵਿੱਚ ਜਾਣ ਵੇਲੇ ਉਹ ਕਹਿੰਦੇ ਨੇ ਕਿ ਆਹ ਤੁਹਾਡਾ ਕਮਿਸ਼ਨ ਅਤੇ 95 ਵਾਸਤੇ ਤਿਆਰ, 95 ਦੇ ਵਿੱਚ ਤਿਆਰੀ ਕਿੰਨੇ ਕੁ ਵੱਡੇ ਪੱਧਰ 'ਤੇ ਕੀਤੀ? ਬਸ 95 ਦੇ ਵਿੱਚ ਕੁਛ ਕੁ ਜ਼ਿਆਦਾ ਕਰਨ ਦੀ ਲੋੜ ਨਹੀਂ ਪਈ। ਅੱਛਾ ਜੀ, ਉਹ ਤਾਂ ਆਲਮੋਸਟ ਤੁਹਾਡੀ ਪਹਿਲਾਂ ਹੀ ਬੁਕਿੰਗ ਹੋ ਗਈ ਸੀ ਕਾਫੀ, ਅਤੇ ਬਾਕੀ ਤਾਂ ਬਿਲਕੁਲ ਰਿਲੈਕਸ ਹੋ ਕੇ ਜੋ ਮਿਹਨਤ ਪਿਛਲੇ 2 ਸਾਲਾਂ ਤੋਂ ਕੀਤੀ ਗਈ ਸੀਗੀ 94 ਵਾਸਤੇ ਜੀ, ਤਾਂ 95 ਵਾਸਤੇ ਤਾਂ ਉਹਦੇ ਮੁਕਾਬਲੇ ਦੇ ਵਿੱਚ 1% ਦੀ ਵੀ ਲੋੜ ਨਹੀਂ ਪਈ। ਅੱਛਾ ਜੀ, ਉਹ ਰੰਗ ਲਿਆਈ ਮਿਹਨਤ, ਉਹ ਮਿਹਨਤ ਜਿਹੜੀ ਹੈਗੀ ਆ ਪੂਰੀ ਰੰਗ ਲਿਆਈ ਹੈ। ਅੱਛਾ, ਜਿਹੜਾ ਉੱਥੇ ਲੋਕਲ ਭਾਈਚਾਰਾ ਸੀ, ਬਿਜ਼ਨਸ ਵਪਾਰੀ ਸੀ, ਉਹਨਾਂ ਵੱਲੋਂ ਤੁਹਾਨੂੰ, ਕਿਉਂਕਿ ਪਹਿਲਾਂ ਤਾਂ ਉਹ ਲੱਗਦਾ ਹੋਏਗਾ ਯਾਰ ਪਤਾ ਨਹੀਂ ਫੋਕੀਆਂ ਜਿਹੀਆਂ ਗੱਲਾਂ ਕਰੀ ਜਾਂਦਾ, ਕਿੱਥੇ ਹੋਏਗਾ, ਅਸੀਂ ਬਾਹਰੋਂ ਲੈ ਆਉਂਦੇ ਹਾਂ, ਇੱਥੇ ਮਸ਼ੀਨਾਂ ਕੌਣ ਲਿਆਊ, ਬਾਹਰਲੀ ਕੰਪਨੀ ਕਿਹੜੀ ਚੱਲ ਕੇ ਆਜੂ, ਜਦੋਂ 94 ਦੇ ਵਿੱਚ ਉਹ ਸਾਰਾ ਕੁਝ ਵੇਖ ਲੈਂਦੇ ਆ, ਉਸ ਤੋਂ ਬਾਅਦ 95 ਵਾਸਤੇ ਕੀ ਕਹਿੰਦੇ ਸੀ ਤੁਹਾਨੂੰ, ਕਿਹੋ ਜਿਹੀ ਉਹਨਾਂ ਦੀ ਪ੍ਰਤੀਕਿਰਿਆ ਸੀ? ਨਹੀਂ, ਉਹ 95 ਦੇ ਵਿੱਚ ਵੀ ਲੋਕ ਬਹੁਤ ਖੁਸ਼ ਸੀਗੇ, ਉਹੀ ਟ੍ਰੈਂਡ ਸੀਗਾ, ਉਨਾ ਹੀ ਰਸ਼ ਸੀਗਾ, ਕਾਫੀ ਮਤਲਬ ਫਰਕ ਪੈ ਗਿਆ ਸੀ ਕਿਉਂਕਿ ਮਸ਼ੀਨਾਂ ਹੁਣ ਕਾਫੀ ਵਿਕਣ ਲੱਗ ਗਈਆਂ, ਏਜੰਟਸ ਵੱਧ ਗਏ, ਬਿਜ਼ਨਸ ਵੱਧ ਗਿਆ। ਹੋਰ 95 ਦੇ ਵਿੱਚ ਕੰਪੀਟੀਸ਼ਨ ਵੀ ਸ਼ੁਰੂ ਹੋ ਗਿਆ। ਉਹ ਕਿਵੇਂ ਜੀ, ਕਿਹੋ ਜਿਹਾ ਕੰਪੀਟੀਸ਼ਨ? ਕੰਪੀਟੀਸ਼ਨ ਇਹ ਹੈ ਵੀ ਕਿਸੇ ਹੋਰ ਨੇ ਮੇਰੇ ਨਾਮ ਦੇ ਉੱਤੇ ਐਗਜੀਬਿਸ਼ਨ ਸ਼ੁਰੂ ਕਰ ਦਿੱਤੀ। ਅੱਛਾ ਜੀ, ਹਾਂਜੀ, ਸੇਮ ਟਾਈਪ ਦੀ, ਸੇਮ ਟਾਈਪ ਦੀ ਸ਼ੁਰੂ ਕਰ ਦਿੱਤੀ ਕਿਉਂਕਿ ਮੈਂ ਐਬਸੈਂਟ ਸੀਗਾ, ਮੈਂ ਜਰਮਨੀ ਗਿਆ ਸੀਗਾ ਬੁਕਿੰਗ ਵਾਸਤੇ। ਅੱਛਾ ਜੀ, ਅਤੇ ਮੇਰੀ ਐਬਸੈਂਟ ਦੇ ਵਿੱਚੋਂ ਉਹਨੇ ਮੇਰਾ ਨਾਮ ਯੂਜ਼ ਕੀਤਾ ਅਤੇ ਆਪਣੇ ਸ਼ੁਰੂ ਕਰ ਦਿੱਤਾ ਕੰਪੀਟੀਸ਼ਨ ਦੇ ਵਿੱਚ। ਬਟ ਐਨੀ ਹਾਓ ਲੋਕਾਂ ਨੂੰ ਮੇਰਾ ਪਤਾ ਸੀਗਾ। ਤੁਹਾਡਾ ਕੋਈ ਕੰਟੈਕਟ ਨਹੀਂ ਸੀ ਜਿੱਥੇ ਉਹ ਗੱਲਬਾਤ ਕਰ ਸਕਦੇ ਸੀ? ਨਹੀਂ, ਕੰਟੈਕਟ ਸੀਗਾ, ਮਤਲਬ ਫਿਰ ਵੀ ਲੋਕਾਂ ਨੂੰ, ਤੁਹਾਨੂੰ ਪਤਾ ਵੀ ਲੋਕ ਇੰਨਾ ਨਹੀਂ ਦੇਖਦੇ, ਲੋਕ ਇਹ ਦੇਖਦੇ ਹੈਗੇ ਆ ਵੀ ਸ਼ੋਅ ਕਾਮਯਾਬ ਹੋਇਆ, ਉਹਨੇ ਨਾਮ ਤੱਕ ਮੇਰਾ ਬਹੁਤ ਕਲੋਜ਼, ਜਿਹੜਾ ਨਾਮ ਸੀਗਾ ਨਿਟਸੀਓ, ਉਹਨੇ ਉੱਦਾਂ ਦਾ ਨਾਮ ਉਹਦੇ ਨਾਲ ਦਾ ਮਿਲਦਾ ਜੁਲਦਾ ਰੱਖ ਕੇ, ਅੱਛਾ ਜੀ, ਅਤੇ ਗੁੰਮਰਾਹ ਕਰ ਲਿਆ, ਗੁੰਮਰਾਹ ਕੀਤਾ ਪੂਰੀ ਤਰ੍ਹਾਂ ਨਾਲ। ਅਤੇ ਚਲੋ ਕੰਪੀਟੀਸ਼ਨ ਸ਼ੁਰੂ ਹੋ ਗਿਆ, ਕੋਈ ਫਰਕ ਨਹੀਂ ਪਿਆ, ਅਸੀਂ ਆਪਣਾ ਕੰਮ ਕਰਦੇ ਰਹੇ, ਉਹ ਅਗਲਾ ਉਹ ਉਹਨਾਂ ਦਾ ਵੀ ਐਕਸ਼ਨ ਹੋਇਆ ਜੀ ਫਿਰ ਐਗਜ਼ੀਬਿਸ਼ਨ? ਹਾਂਜੀ, ਉਹ ਵੀ ਐਗਜ਼ੀਬਿਸ਼ਨ ਸਾਲ 'ਚ 2 ਹੋਣੀਆਂ ਸ਼ੁਰੂ ਹੋ ਗਈਆਂ। ਅੱਛਾ ਜੀ, ਉਹ ਲਗਭਗ ਨੇੜੇ ਦੇ ਦਿਨਾਂ ਦੇ ਵਿੱਚ, ਨੇੜੇ 15 ਦਿਨਾਂ ਦੇ ਮਹੀਨੇ ਦੇ ਵਿੱਚ ਦੋ ਉਹ ਪਹਿਲਾਂ ਕਰਦੇ ਜਾਂ ਤੁਸੀਂ? ਦੇਖੋ ਜੀ, ਮੈਂ ਮੇਰੀ ਡੇਟ ਪੈ ਅਨਾਊਂਸ ਹੁੰਦੀ ਸੀਗੀ ਤਾਂ ਉਹ ਤੋਂ ਪਹਿਲਾਂ ਕੋਸ਼ਿਸ਼ ਕਰਦਾ ਸੀਗਾ ਦੂਜਾ ਬੰਦਾ ਕਿ ਮੈਂ ਕਰ ਲਾਂ। ਅੱਛਾ, ਠੀਕ ਹੈ, ਬਟ ਮੈਨੂੰ ਇੰਨਾ ਫਰਕ ਨਹੀਂ ਪਿਆ, ਲੋਕ ਸਾਰੇ ਉਹੀ ਕੰਪਨੀਜ਼, ਉਹੀ ਕੰਪਨੀਆਂ, ਇਹ ਸੀ ਵੀ ਹਾਂ ਵਪਾਰੀ ਬੰਦ ਹੋ ਗਏ। ਅੱਛਾ, ਬਿਜ਼ਨਸ ਦਾ ਫਰਕ ਪਿਆ ਹੈਗਾ, ਉਹ ਜਿਹੜੀ ਟ੍ਰੈਫਿਕ ਸੀਗੀ ਜਿਹੜੀ ਲੋਕਾਂ ਦੀ, ਉਹ ਘਟ ਗਈ ਇੱਕਦਮ। ਅੱਛਾ, ਕਿਉਂਕਿ ਕਿੱਥੇ ਇੱਕ ਸ਼ੋਅ ਸੀਗਾ, ਕ੍ਰੇਜ਼ ਸੀ ਲੋਕਾਂ ਦਾ, ਕਿੱਥੇ 2 ਹੋ ਗਏ। ਅੱਛਾ, ਇਹ 2 ਹੀ ਰਹੇ ਫਿਰ ਅਖੀਰ ਤੱਕ? ਹਾਂ, ਕਾਫੀ ਸਾਲਾਂ ਤੱਕ 2 ਰਹੇ ਹੈਗੇ ਆ। ਉਸ ਤੋਂ ਬਾਅਦ ਫਿਰ ਮੇਰਾ ਇੱਧਰ ਦਾ ਪ੍ਰੋਗਰਾਮ ਬਣ ਗਿਆ ਅਤੇ ਮੈਂ ਛੱਡ ਦਿੱਤਾ। ਫਿਰ ਕਿੰਨੇ ਕੁ ਸਾਲ ਕੀਤਾ ਜੀ? ਮੈਂ ਉਹ ਘੱਟੋ ਘੱਟ ਨਹੀਂ ਤਾਂ 9-10 ਸਾਲ ਸ਼ੋਅ ਕੀਤਾ ਹੈ। 10 ਸਾਲਾਂ ਦਾ, ਇਹ ਤਾਂ ਤੁਸੀਂ ਦੱਸ ਰਹੇ ਹੋ ਕਿ ਚੰਗੇ ਤਜ਼ਰਬੇ ਤੁਹਾਡੇ ਹੋਏ, ਜੋ ਸੋਚਿਆ ਸੀ ਉਸ ਤੋਂ ਕਿਤੇ ਵੱਧ ਕੇ ਹੋਇਆ। ਕੁਛ ਤਲਖ ਤਜਰਬੇ ਵੀ ਰਹੇ ਹੋਣਗੇ, ਮਾੜੀਆਂ ਗੱਲਾਂ ਵੀ ਵਾਪਰੀਆਂ ਹੋਣਗੀਆਂ ਕਿ ਨਹੀਂ? ਦੇਖੋ, ਪਲੱਸ ਮਾਈਨਸ ਤਾਂ ਚੱਲਦੀ ਹੈ। ਕੋਈ ਹੈ ਦੱਸਣ ਜੋ ਕਿ ਇਸ ਤਰ੍ਹਾਂ ਦੀ ਗੱਲ? ਨਹੀਂ, ਕੋਈ ਖਾਸ ਨਹੀਂ ਹੈ, ਬਾਕੀ ਇਹ ਸੀਗਾ ਵੀ ਲੋਕਾਂ ਨਾਲ ਜੁੜੇ ਰਹੇ ਹੈਗੇ ਆ, ਕਾਫੀ ਪਿਆਰ ਮਿਲਿਆ ਹੈਗਾ। ਮੇਰੇ ਕੋਲ ਤਾਂ ਇੰਨੇ ਕੁ ਇੰਡਸਟਰੀ ਦੇ ਅਵਾਰਡ ਸੀਗੇ ਕਿ ਮੇਰੇ ਕੋਲ ਜਗ੍ਹਾ ਨਹੀਂ ਸੀ ਰੱਖਣ ਨੂੰ। ਅੱਛਾ ਜੀ, ਇੰਨਾ ਪਿਆਰ, ਇੰਨਾ ਸਤਿਕਾਰ ਮਿਲਿਆ ਲੋਕਾਂ ਤੋਂ। ਹੁਣ ਵੀ ਪੰਜਾਬ ਦੇ ਲੋਕ ਮਿਸ ਨਹੀਂ ਜੀ ਕਰਦੇ? ਦੇਖੋ, ਮੈਨੂੰ ਲੋਕਾਂ ਦਾ ਇਹ ਹੁੰਦਾ ਸੀਗਾ ਕਿ ਲੋਕ ਮੈਨੂੰ ਨਹੀਂ ਸੀ ਜਾਣਦੇ। ਅੱਛਾ ਜੀ, ਲੋਕ ਸਿਰਫ ਰਮਨ ਸ਼ਰਮਾ ਨੂੰ ਜਾਣਦੇ ਸੀ। ਅੱਛਾ ਜੀ, ਉਹ ਕਈ ਵਾਰੀ ਮੇਰੇ ਨਾਲ ਜਦੋਂ ਕਿਤੇ ਮੈਂ ਟ੍ਰੇਨ 'ਚ ਬੈਠਾ ਹੁੰਦਾ ਸੀ ਜਾਂ ਕਿਤੇ ਸਫ਼ਰ ਕਰ ਰਹੇ ਹਾਂ, ਕੋਈ ਮਿਲ ਜਾਂਦਾ ਸੀਗਾ ਅਤੇ ਉਹਨਾਂ ਗੱਲ ਹੋ ਜਾਂਦੀ ਸੀ, ਕੀ ਕੰਮ ਕਰਦੇ ਹੋ ਜੀ, ਮੈਂ ਟ੍ਰੇਡ ਸ਼ੋਅ ਕਰਦਾ,
ਉਹ ਅੱਛਾ ਜੀ ਮੇਰਾ ਦੋਸਤ ਹੈਗਾ ਜੀ ਰਮਨ ਸ਼ਰਮਾ, ਉਹ ਵੀ ਕਰਦਾ। ਅੱਛਾ, ਮੇਰੇ ਨਾਲ ਜਾਣਦੇ ਤੱਕ ਹੈ ਨਹੀਂ। ਹਾਂ, ਉਹ ਮੇਰੇ ਨਾਲ ਕਈ ਵਾਰੀ ਇੰਸੀਡੈਂਟ ਇਹ ਹੋਇਆ। ਤੁਸੀਂ ਗੱਲਾਂ ਗੱਲਾਂ ਪੁੱਛਦੇ ਰਹਿੰਦੇ ਵੀ ਕੀ ਹੋ ਗਿਆ? ਮੈਂ ਕੋਈ ਜ਼ਿਆਦਾ। ਅੱਛਾ, ਨਹੀਂ ਮੈਨੂੰ ਖੁਸ਼ੀ ਹੁੰਦੀ ਸੀ ਅੰਦਰੋਂ ਨਹੀਂ ਵੀ ਚਲੋ ਇਹ ਘੱਟੋ ਘੱਟ ਦੋਸਤ ਸਮਝ ਰਿਹਾ। ਹਾਂ, ਮਿਲਿਆ ਕਦੀ ਹੈ ਨਹੀਂ। ਹਾਂ, ਬਟ ਘੱਟੋ ਘੱਟ ਨਹੀਂ ਤਾਂ ਮਾੜਾ ਤਾਂ ਨਹੀਂ ਕਹਿ ਰਿਹਾ ਨਾ। ਠੀਕ ਹੈ, ਇਹਦਾ ਮਤਲਬ ਤਾਂ ਇਹ ਹੈਗਾ ਵੀ ਚਲੋ ਇੰਨਾ ਰਿਕਾਰਡ ਤਾਂ ਹੈ, ਅਗਲੇ ਦੇ ਮਨ 'ਚ ਅਗਲਾ ਕਹਿ ਰਿਹਾ, ਦੋਸਤ ਬਣਾ ਕੇ ਅਗਲਾ ਗੱਲ ਕਰ ਰਿਹਾ। ਖੁਸ਼ੀ ਹੁੰਦੀ ਸੀਗੀ। ਅਤੇ ਉਹ ਜਿਹੜੀਆਂ ਕੰਪਨੀਆਂ ਦੇ ਨਾਲ ਤੁਸੀਂ ਬਾਹਰਲੀਆਂ ਕੰਪਨੀਆਂ ਦੇ ਨਾਲ ਡੀਲ ਕਰਦੇ ਰਹੇ, ਲਗਭਗ ਤੁਸੀਂ ਦੱਸੋ ਕਿ 9-10 ਸਾਲ ਕਰਦੇ ਰਹੇ, ਜਦੋਂ ਤੁਸੀਂ ਇੱਧਰ ਨੂੰ ਆ ਗਏ, ਉਹਨਾਂ ਨੂੰ ਦੱਸਿਆ ਗਾ ਕਿ ਬਕਾਇਦਾ ਤੌਰ 'ਤੇ ਰਮਨ ਸ਼ਰਮਾ ਹੁਣ ਕੋਈ ਇਸ ਤਰ੍ਹਾਂ ਦੀ ਐਗਜੀਬਿਸ਼ਨ ਨਹੀਂ ਕਰੇਗਾ? ਯਾ, ਮੈਂ ਦੱਸ ਦਿੱਤਾ ਸੀ ਕਿ ਮੈਂ ਬਾਹਰ ਜਾ ਰਿਹਾ ਹੈਗਾ, ਬਟ ਮੇਰੇ ਤੋਂ ਬਾਅਦ ਕਈ ਹੋਰ ਵੀ ਸੀਗੇ ਜਿਨ੍ਹਾਂ ਨੇ ਮੇਰਾ ਬਿਜ਼ਨਸ ਟੇਕ ਓਵਰ ਕਰ ਲਿਆ ਫਿਰ। ਅੱਛਾ, ਅਤੇ ਹੁਣ ਉਹ ਸ਼ੋਅ ਕਰਦੇ ਆ ਰਹੇ ਆ। ਉਹ ਕਿੰਨੇ ਕੁ ਸਕਸੈਸਫੁਲੀ ਚੱਲਦਾ ਰਹਿੰਦੇ ਜਿੱਥੇ ਕੰਮ, ਕਿਉਂਕਿ ਬਹੁਤੇ ਇਸ ਤਰ੍ਹਾਂ ਦੇ ਐਗਜੀਬਿਸ਼ਨ ਹੁੰਦੇ ਨਹੀਂ ਜੀ ਉੱਥੇ? ਨਹੀਂ ਹੁੰਦੇ ਹੈਗੇ ਆ, ਬਟ ਮੈਂ ਤਕਰੀਬਨ ਹਰ ਸਾਲ ਜਾਂਦਾ ਰਿਹਾ ਸ਼ੋਅ ਉੱਥੇ ਲੁਧਿਆਣੇ, ਅਤੇ ਮੈਂ ਜਦੋਂ ਵੀ ਜਾਂਦਾ ਸੀਗਾ ਕਿ ਜਿਹੜਾ ਬੰਦਾ ਉਹ ਮੇਰਾ ਸ਼ੋਅ ਔਰਗਨਾਈਜ਼ ਕਰਦਾ ਸੀ, ਉਹਨੇ ਬਸ ਇੰਨਾ ਕਰ ਦਿੰਦਾ ਸੀਗਾ ਕਿ ਮੇਰੇ ਲਈ ਆਪਣੀ ਕੁਰਸੀ ਛੱਡ ਕੇ ਖੜਾ ਹੋ ਜਾਂਦਾ ਸੀ ਕਿ ਸ਼ਰਮਾ ਜੀ ਤੁਸੀਂ ਬੈਠੋ, ਤੁਹਾਡੀ ਕੁਰਸੀ ਹੈ, ਇਹ ਤੁਹਾਡਾ ਹੀ ਦਿੱਤਾ ਹੈ ਸਾਰਾ ਕੁਛ। ਅੱਛਾ ਜੀ, ਅਤੇ ਜਦੋਂ ਤੁਸੀਂ ਇੱਥੇ ਆ ਗਏ, ਇੱਥੇ ਕਿਹੜੇ ਸਾਲ 'ਚ ਆਏ? ਇੱਥੇ ਵੈਸੇ ਤਾਂ ਮੈਂ ਆ ਗਿਆ ਸੀਗਾ 1998 ਦੇ ਵਿੱਚ। ਅੱਛਾ ਜੀ, ਹਾਂਜੀ, ਇਸ ਤੋਂ ਬਾਅਦ ਵੀ ਉੱਥੇ ਜਾ ਕੇ ਮੈਂ ਸ਼ੋਅ ਕਰਦਾ ਰਿਹਾ। ਅੱਛਾ, ਇੱਥੇ ਆਉਣ ਤੋਂ ਬਾਅਦ ਵੀ ਹੁੰਦੇ ਰਹੇ? ਹਾਂਜੀ, ਮੈਂ ਉੱਥੇ ਜਾ ਕੇ ਕਰਦਾ ਰਿਹਾ ਸ਼ੋਅ। ਅੱਛਾ ਜੀ, ਉਹ ਕਿਹੜੇ ਸਾਲ ਤੱਕ ਹੁੰਦੇ ਰਹੇ ਉੱਥੇ ਫਿਰ? ਮੈਂ ਐਕਚੁਲੀ 99 ਆਪਣਾ 2002 ਜਾਂ 2003 ਤੱਕ ਮੈਂ ਕਰਦਾ ਰਿਹਾ। ਅੱਛਾ, ਅਤੇ ਉਹਦੇ ਤੋਂ ਬਾਅਦ ਤੁਸੀਂ? ਉਸ ਤੋਂ ਬਾਅਦ ਫਿਰ ਮੈਂ ਦੇਖਿਆ ਨਹੀਂ, ਉਹ ਕਿਉਂਕਿ ਉਹ ਜਿਹੜਾ ਰਿਲੇਸ਼ਨਸ਼ਿਪ ਹੈਗਾ ਨਾ, ਉਹ ਬਾਹਰ ਦਾ ਔਰ ਇੱਥੇ ਦਾ ਲੋਕਲ ਦਾ ਬੜਾ ਫਰਕ ਪੈਂਦਾ ਹੈਗਾ। ਉਹ ਮੈਂ ਦੇਖਿਆ ਕਿ ਲੋਕਾਂ ਨੂੰ ਚਾਹੇ ਰਿਸਪੋਂਸ ਮਿਲਦਾ ਜਾਂ ਨਹੀਂ ਮਿਲਦਾ, ਅਗਲਾ ਦੇਖਦਾ ਕਿ ਉਹ ਤੁਸੀਂ NRI ਹੋ, ਤੁਹਾਡੇ ਨਾਲ ਉਹ ਡੀਲ ਹੁਣ ਗੱਲ ਨਹੀਂ ਬਣਦੀ। ਅੱਛਾ ਜੀ, ਉਹ ਫਰਕ ਪੈਂਦਾ? ਉਹ ਫਰਕ ਪੈਂਦਾ ਹੈਗਾ, ਤੁਸੀਂ ਦੇਖਦੇ ਨਜ਼ਰ ਆਉਂਦੇ ਜ਼ਰੂਰੀ। ਹਾਂਜੀ ਹਾਂਜੀ ਹਾਂਜੀ, ਅਤੇ ਉਹ ਘਟਦਾ ਗਿਆ ਉਹ ਨਾਲ। ਫਿਰ ਮੈਂ ਕਿਹਾ ਨਹੀਂ ਆ ਵੀ ਠੀਕ ਨਹੀਂ ਹੈ, ਇੰਨਾ ਬੈਟਰ ਹੈ ਕਿ ਆਪਣਾ ਕਿਸੇ ਹੋਰ ਨੂੰ ਹੈਂਡ ਓਵਰ ਕਰ ਦਿਉ, ਅਤੇ ਠੀਕ ਹੈ। ਹੁਣ ਜਦੋਂ ਤੁਸੀਂ ਇੱਥੇ ਆ ਗਏ, ਇੱਥੋਂ ਦੀ ਆਬੋ ਹਵਾ ਦੇ ਵਿੱਚ ਵੇਚਣ ਲੱਗੇ, ਇੱਥੇ ਚੁਗਰ ਦੇ ਵਿੱਚ ਆਲੇ ਦੁਆਲੇ ਵੇਖਣ ਲੱਗੇ, ਐਗਜੀਬਿਸ਼ਨ ਜੇ ਇੱਥੇ ਬਹੁਤ ਹੁੰਦੀਆਂ ਨੇ, ਟਰੱਕਾਂ ਵਾਲੇ ਬਹੁਤ ਵੱਡੇ ਪੱਧਰ 'ਤੇ ਕਰਦੇ ਆ, ਮੈਂ ਵੇਖਿਆ ਜਿਹੜੀ ਟੈਕਨੋਲੋਜੀ ਹੈ, ਸੈੱਲ ਫੋਨ ਨਵੇਂ ਆ ਗਏ, ਕੈਮਰੇ ਨਵੇਂ ਆ ਗਏ, ਕੰਪਿਊਟਰ ਨਵੇਂ ਆ ਗਏ, ਇਹਨਾਂ ਦੀਆਂ ਅਕਸਰ ਹੁੰਦੀਆਂ ਰਹਿੰਦੀਆਂ ਨੇ। ਤੁਸੀਂ ਇਸ ਤਰ੍ਹਾਂ ਦੀ ਐਗਜੀਬਿਸ਼ਨ ਕਰਨ ਲੱਗੇ ਹੋ, ਇਹਨਾਂ ਚੀਜ਼ਾਂ ਦੀ ਕਰਨ ਲੱਗੇ ਹੋ ਜਾਂ ਕਿਸ ਚੀਜ਼ ਬਾਰੇ? ਦੇਖੋ, ਐਕਚੁਲੀ ਜਿੱਦਾਂ ਮੈਂ ਲੁਧਿਆਣੇ ਦੇ ਵਿੱਚ ਹੌਜ਼ਰੀ ਇੰਡਸਟਰੀ ਦੇ ਉੱਤੇ ਸ਼ੁਰੂ ਕੀਤਾ ਸੀਗਾ, ਕਿਉਂਕਿ ਉੱਥੇ ਹੱਬ ਸੀ, ਕਿਉਂਕਿ ਉਹ ਹੱਬ ਸੀਗੀ ਜੀ। ਇਸੀ ਤਰੀਕੇ ਨਾਲ ਮੈਂ ਇੱਥੇ ਹੁਣ ਪਿਛਲੇ 15-20 ਸਾਲਾਂ ਤੋਂ ਦੇਖ ਰਿਹਾ ਹਾਂ ਕਿ ਇੱਥੇ ਇੰਡਸਟਰੀ ਦੇ ਵਿੱਚ ਸਭ ਤੋਂ ਵੱਡਾ ਕੰਮ ਜਿਹੜਾ ਹੈ ਉਹ ਸਾਡੇ ਕੰਸਟਰਕਸ਼ਨ ਇੰਡਸਟਰੀ ਹੈ। ਬਿਲਕੁਲ, ਜਿਹਦੇ ਵਿੱਚ ਤਕਰੀਬਨ ਹਰ ਘਰ ਦੇ ਵਿੱਚੋਂ ਇੱਕ ਬੰਦਾ ਕੰਸਟਰਕਸ਼ਨ ਇੰਡਸਟਰੀ ਨਾਲ ਜੁੜਿਆ ਹੈ। ਬਿਲਕੁਲ, ਚਾਹੇ ਉਹ ਕਿਸੇ ਵੀ ਰੂਪ ਦੇ ਵਿੱਚ ਹੈ, ਚਾਹੇ ਉਹ ਟ੍ਰੇਡਮੈਨ ਆ ਜਾਂ ਕੰਟਰੈਕਟਰ ਆ ਜਾਂ ਲੇਬਰ ਆ ਜਾਂ ਕੁਛ ਵੀ ਕਰ ਰਿਹਾ, ਉਹ ਕੰਸਟਰਕਸ਼ਨ ਦੇ ਵਿੱਚ ਇਨਵੋਲਵ ਹੈ, ਰਿਲੇਟਡ ਹੈਗਾ ਜੀ। ਉਸ ਤੋਂ ਬਾਅਦ ਮੈਂ ਇਹ ਸਟੱਡੀ ਕੀਤਾ ਹੈਗਾ, ਦੇਖ ਰਿਹਾ ਸੀਗਾ ਕਿ ਕਿਉਂਕਿ ਮੇਰੀ ਬੈਕਗਰਾਊਂਡ ਜਾਂ ਮੇਰਾ ਐਕਸਪੀਰੀਅੰਸ ਇਸ ਲਾਈਨ ਦੇ ਵਿੱਚ ਸੀਗਾ, ਬਟ ਇਹਦੇ ਵਿੱਚ ਮੈਂ ਇਹ ਨੋਟਿਸ ਕੀਤਾ ਕਿ ਲੋਕਾਂ ਨੂੰ ਟ੍ਰੇਡ ਸ਼ੋਅ ਬਾਰੇ ਕੁਛ ਨਹੀਂ ਪਤਾ। ਤੁਸੀਂ ਗੱਲ ਕਰਕੇ ਦੇਖੀ ਲੋਕਾਂ? ਮੈਂ ਕਈਆਂ ਨਾਲ ਗੱਲ ਕੀਤੀ, ਕਈਆਂ ਨਾਲ ਗੱਲ ਕੀਤੀ ਕਿ ਤੁਸੀਂ ਉੱਥੇ ਡਾਊਨਟਾਊਨ ਦੇ ਵਿੱਚ ਅਗਰ ਕੋਈ ਸ਼ੋਅ ਹੁੰਦਾ ਹੈਗਾ ਤੁਸੀਂ ਉੱਥੇ ਜਾਂਦੇ ਹੋ? ਉਹ ਕਹਿੰਦੇ ਜੀ ਨਹੀਂ ਜੀ ਅਸੀਂ ਨਹੀਂ ਜਾਂਦੇ। ਉੱਥੇ ਕੀ ਕਰਨ ਜਾਣਾ ਜੀ, ਕਦੋਂ ਹੁੰਦਾ ਜੀ, ਪਹਿਲੇ ਗੱਲ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਹੈ। ਅੱਛਾ ਜੀ, ਉਹਨਾਂ ਨੂੰ 90% ਮੈਂ ਲੋਕਾਂ ਨਾਲ ਕਈਆਂ ਨਾਲ ਗੱਲ ਕੀਤੀ ਆ, ਉਹਨੂੰ ਕਹਿੰਦੇ ਕੀ ਹੁੰਦਾ ਕੀ ਹੈ ਜੀ। ਅੱਛਾ ਜੀ, ਉੱਥੇ ਹੁੰਦਾ ਕੀ ਹੈ? ਫਿਰ ਦੂਸਰੀ ਗੱਲ ਉਹ ਕਹਿੰਦੇ ਜੇ ਹੁੰਦਾ ਵੀ ਆ ਉਹ ਵੀਕਡੇ ਦੇ ਵਿੱਚ ਹੁੰਦਾ ਜੀ, ਅਸੀਂ ਜਾਂਦੇ ਨਹੀਂ, ਅਸੀਂ ਆਪਣਾ ਕੰਮ ਕਰ ਨਹੀਂ ਨੁਕਸਾਨ ਕਰਦੇ। ਠੀਕ ਹੈ ਜੀ,
ਹੁਣ ਲੇਟੈਸਟ ਇਨਫੋਰਮੇਸ਼ਨ ਤੁਹਾਡੇ ਤੱਕ ਕਿੱਥੋਂ ਪਹੁੰਚਦੀ ਹੈ ਜੀ? ਉਹ ਲੋਕ ਤੋਂ ਪਤਾ ਲੱਗ ਹੀ ਜਾਂਦਾ ਜੀ, ਦੇਖੋ ਹਾਂਜੀ, ਮਤਲਬ ਆਪਣੇ ਲੋਕਾਂ ਦੇ ਵਿੱਚ ਦੇਖੋ ਇੰਨੇ ਹਾਰਡ ਵਰਕਿੰਗ ਹੈਗੇ ਆ ਆਪਾਂ ਲੋਕ, ਠੀਕ ਹੈ, ਆਪਣੀ ਕਮਿਊਨਿਟੀ ਦੇ ਦੇਖੋ ਅੱਜ ਦੀ ਡੇਟ ਦੇ ਵਿੱਚ ਕਿ ਹਰ ਜਗ੍ਹਾ ਦੇ ਉੱਤੇ ਆਪਣਾ ਇੱਕ ਨਾਮ ਬਣਾ ਰੱਖਿਆ ਹੈਗਾ। ਅੱਜ ਤੋਂ 15-20 ਸਾਲ ਪਹਿਲਾਂ ਗੋਰੇ ਜਿਹੜੇ ਹੈਗੇ ਆ ਉਹ ਡਿਸਕ੍ਰਿਮੀਨੇਸ਼ਨ ਬਹੁਤ ਕਰਦੇ ਸੀਗੇ, ਉਹ ਸ਼ਾਇਦ ਉਸ ਤੋਂ ਪਹਿਲਾਂ ਬਹੁਤ ਜ਼ਿਆਦਾ ਕਰਦੇ ਹੁੰਦੇ ਸੀ, ਬਟ ਹੁਣ ਅੱਜ ਦੀ ਡੇਟ ਦੇ ਵਿੱਚ ਉਹ ਆਪਣੇ ਆਪ ਨੂੰ ਸਾਡੇ ਨਾਲ ਜੋੜ ਕੇ ਫਖਰ ਮਹਿਸੂਸ ਕਰਦੇ ਆ, ਕਿਉਂਕਿ ਉਹਨਾਂ ਦਾ ਸਾਡੇ ਤੋਂ ਬਿਨਾਂ ਗੁਜ਼ਾਰਾ ਨਹੀਂ ਹੈ, ਅਸੀਂ ਇੱਕ ਉਹਨਾਂ ਨਾਲ ਜੁੜ ਗਏ ਹੈਗੇ ਹਾਂ ਕਿ ਤੁਸੀਂ ਕਹਿ ਲਓ ਕਿ ਭਾਈਬੰਦੀ ਜਿਹੜੀ ਹੈਗੀ ਆ ਉਹ ਜ਼ਿਆਦਾ ਗਿਵ ਐਂਡ ਟੇਕ ਹੀ ਹੈ, ਗਿਵ ਐਂਡ ਟੇਕ ਹੋ ਗਿਆ, ਇਹਨਾਂ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੈ ਜੀ। ਕਿਉਂਕਿ ਹੁਣ ਵੀ ਮੈਂ ਪਈ ਹੈ ਕਈ ਬਿਲਡਰਾਂ ਨੂੰ, ਹੁਣ ਵੀ ਮੈਂ ਪਿਛਲੇ 2 ਸਾਲ ਤੋਂ ਮੈਂ ਇਹਦੇ 'ਤੇ ਸਟੱਡੀ ਕਰਦਾ ਆ ਰਿਹਾ, ਕੰਸਟਰਕਸ਼ਨ ਇੰਡਸਟਰੀ ਦੇ ਉੱਤੇ ਜਿਹੜਾ ਕੰਸਟਰਕਸ਼ਨ ਐਕਸਪੋ ਲਾਉਣਾ, ਉਹਦੀ ਤਿਆਰੀ ਲਈ ਮੈਨੂੰ 2 ਸਾਲ ਲੱਗ ਗਏ ਫਿਰ ਉਹੀ। ਅੱਛਾ ਜੀ, ਜਿਵੇਂ ਉਹ ਤਾਂ ਫਿਰ ਤੁਸੀਂ ਉਹੀ 94 ਤੋਂ ਪਹਿਲਾਂ ਦੇ 92 'ਚ ਫਿਰ ਰਹੇ ਹੋ। ਹਾਂਜੀ ਹਾਂਜੀ ਹਾਂਜੀ, ਮੈਨੂੰ ਉਹੀ ਪੁਰਾਣੇ ਦਿਨ ਯਾਦ ਕਰਾ ਦਿੱਤੇ ਹੈਗੇ, ਉਹੀ ਸਾਰਾ ਕੁਛ ਸੀਗਾ, ਉਹੀ ਹਾਲਾਤ ਸੀਗੇ, ਉਹੀ ਸਭ ਕੁਛ ਸੀਗਾ। ਔਰ ਤੁਸੀਂ ਹੈਰਾਨ ਰਹੋਗੇ ਕਿ ਮੇਰੇ ਕੋਲ ਮੈਂ ਇੱਕ ਲਿਸਟ ਬਣਾਈ ਜਿਹੜੇ ਬੰਦੇ ਐਗਜੀਬਿਸ਼ਨ 'ਚ ਪਾਰਟੀਸਪੇਟ ਕਰਦੇ ਆ ਰਹੇ ਆ। ਅੱਛਾ, ਕਿੰਨੇ ਕਿੰਨੇ? ਉਹਨਾਂ ਦੀ 1000 ਬੰਦਿਆਂ ਦੀ ਅਗਰ ਮੈਂ ਲਿਸਟ ਬਣਾਈ ਹੈ ਤਾਂ ਹਜ਼ਾਰਾਂ ਦੇ ਵਿੱਚੋਂ 99.9% ਗੋਰੇ ਹੀ ਹੈਗੇ ਜਿਹੜੇ ਪਾਰਟੀਸਪੇਟ ਕਰਦੇ। ਅੱਛਾ, ਆਪਣੇ ਭਾਈਚਾਰੇ 'ਚ ਕੋਈ ਨਹੀਂ ਹੈ? ਅੱਛਾ ਜੀ, ਪਾਰਟੀਸਪੇਸ਼ਨ ਤਾਂ ਛੱਡੋ, ਹੁਣ ਵਿਜ਼ਿਟਰ ਵੀ ਜੇ ਕਹੋ, ਮੈਂ ਉਹਨਾਂ ਨਾਲ ਕਈਆਂ ਨਾਲ ਗੱਲ ਕੀਤੀ ਹੈਗੀ ਹੈ, ਤਾਂ ਵਿਜ਼ਿਟਰ ਵੀ ਬਹੁਤ ਘੱਟ ਹੈਗੇ ਆ। ਅੱਛਾ ਜੀ, ਦੋਸਤੋ, ਇਸ ਵਕਤ ਸਾਡੀ ਰਮਨ ਸ਼ਰਮਾ ਹੋਰਾਂ ਦੇ ਨਾਲ ਕੰਸਟਰਕਸ਼ਨ ਐਕਸਪੋ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ। ਇਹ ਕਦੋਂ ਹੋਣਾ, ਇਹ ਕਿੱਥੇ ਹੋਵੇਗਾ, ਇਸ ਦਾ ਸਮਾਂ ਕੀ ਰਹੇਗਾ, ਇਹ ਕਿਉਂ ਕਰਨਾ ਪਿਆ, ਇਸ ਦੇ ਮੁਤਾਬਕ ਉਹ ਗੱਲਬਾਤ ਕਰ ਰਹੇ ਨੇ। ਇਹ ਸਾਰੀਆਂ ਗੱਲਾਂ ਬਾਤਾਂ ਹਾਲੇ ਕਰਨੀਆਂ ਨੇ, ਸਮਾਂ ਫਿਰ ਤੋਂ ਦੋਸਤੋ ਇੱਕ ਬ੍ਰੇਕ ਦਾ ਹੁੰਦਾ ਜਾ ਰਿਹਾ ਹੈ। ਤੁਹਾਡੀ ਅਤੇ ਸਾਡੀ, ਯਾਨੀ ਕਿ ਸਾਡੀ ਸਾਰਿਆਂ ਦੀ ਜ਼ਿੰਦਗੀ ਨਾਲ ਸੰਬੰਧਿਤ ਮਸਲੇ, ਕੁਝ ਦੇਸ਼ ਦੇ, ਕੁਝ ਪ੍ਰਦੇਸ਼ ਦੇ, ਕੁਝ ਵਿਦੇਸ਼ ਦੇ, ਕੁਝ ਇਤਿਹਾਸ ਦੇ, ਕੁਝ ਮਿਥਿਹਾਸ ਦੇ, ਕੁਝ ਸਮਾਜ ਦੇ, ਕੁਝ ਰਾਜਨੀਤੀ ਦੇ, ਕੁਝ ਚੰਗੇ ਵੀ, ਕਦੇ ਕਦੇ ਮਾੜੇ ਵੀ, ਅਸੀਂ ਸਾਰੇ ਮਸਲੇ ਵਿਚਾਰਦੇ ਹਾਂ। ਤੁਸੀਂ ਦੇਖ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਤੱਕ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਐਟ ਪ੍ਰਾਈਮ ਏਸ਼ੀਆ TV। ਦੋਸਤੋ, ਇੱਕ ਵਾਰੀ ਫਿਰ ਤੁਹਾਨੂੰ ਜੀਆਂ ਨੂੰ ਆਖ ਰਿਹਾ ਹਾਂ, ਇਸ ਵਕਤ ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਤੋਂ ਪ੍ਰਾਈਮ ਟਾਈਮ ਵਿਦ ਬੈਨੀਪਾਲ ਵੇਖ ਰਹੇ ਹੋ। ਉਮੀਦ ਕਰ ਰਿਹਾ ਹਾਂ ਕਿ ਤੁਸੀਂ ਜੁੜ ਬੈਠੇ ਹੋਵੋਗੇ। ਜੇਕਰ ਦੇਰੀ ਨਾਲ TV ਸਿੱਟ ਦੇ ਆ ਕੇ ਅੱਗੇ ਸੱਜੇ ਹੋ ਤਾਂ ਤੁਹਾਨੂੰ ਇੱਕ ਵਾਰੀ ਫਿਰ ਦੱਸਦੇ ਹਾਂ ਕਿ ਅੱਜ ਮੇਰੇ ਮਹਿਮਾਨ ਨੇ ਰਮਨ ਸ਼ਰਮਾ ਜੀ, ਜਿਹੜੇ ਵੈਨਕੂਵਰ ਦੇ ਵਿੱਚ ਲੋਅਰ ਮੇਨਲੈਂਡ ਦੇ ਵਿੱਚ ਕੰਸਟਰਕਸ਼ਨ ਇੰਡਸਟਰੀ ਨਾਲ ਜੁੜੇ ਸੱਜਣਾਂ ਮਿੱਤਰਾਂ ਬੇਲੀਆਂ ਨੂੰ ਖੁੱਲ੍ਹਾ ਸੱਦਾ ਦੇਣਾ ਚਾਹੁੰਦੇ ਹੈ, ਕਿਉਂਕਿ ਇਸ ਇੰਡਸਟਰੀ ਦੇ ਨਾਲ ਅਸੀਂ ਵੱਡੇ ਪੱਧਰ 'ਤੇ ਜੁੜੇ ਹੋਏ ਹਾਂ। ਇਸ ਦੇ ਵਿੱਚ ਨਿੱਤ ਦਿਨ ਪ੍ਰਤੀ ਦਿਨ ਤਬਦੀਲੀਆਂ ਆਉਂਦੀਆਂ ਨੇ, ਕੰਸਟਰਕਸ਼ਨ ਐਕਸਪੋ ਕਰਨ ਜਾ ਰਹੇ ਨੇ, ਉਸ ਦੇ ਲਈ ਉਹਨਾਂ ਦੇ ਨਾਲ ਗੱਲਬਾਤ ਅੱਜ ਸਾਡੀ ਜਾ ਰਹੀ ਹੈ। ਆਓ ਰਮਨ ਸ਼ਰਮਾ ਹੋਰਾਂ ਤੋਂ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਇਸ ਦੇ ਮੁਤਾਬਕ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਤੁਹਾਨੂੰ ਫਿਰ 2 ਸਾਲ ਦਾ ਸਮਾਂ ਲੱਗੇ, ਉਹ 2 ਸਾਲ ਦਾ ਸਮਾਂ ਮੈਨੂੰ ਹੁਣ ਇੰਝ ਲੱਗ ਰਿਹਾ ਕਿ ਜਿਵੇਂ ਲੁਧਿਆਣੇ ਦੇ ਵਿੱਚ ਰੰਗ ਲਿਆਂਦਾ ਸੀ, ਰੰਗ ਇੱਥੇ ਵੀ ਆਏਗਾ। ਤੁਸੀਂ ਇਹ ਵੀ ਦੱਸ ਰਹੇ ਹੋ ਕਿ 99.9% ਲੋਕ ਵਿਜ਼ਿਟ ਕਰਨ ਵੀ ਨਹੀਂ ਜਾਂਦੇ, ਨਹੀਂ ਜਾਂਦੇ, ਅਤੇ ਫਿਰ ਤੁਹਾਨੂੰ ਲੱਗਦਾ ਕਿ ਇਹ ਲੋਕਾਂ ਨੂੰ ਸੱਦਣਾ ਉੱਥੇ ਸਿਖਾਲਾ ਹੋਏਗਾ? ਦੇਖੋ,
ਮੁਸ਼ਕਿਲ ਤਾਂ ਹੈ, ਕਿਉਂਕਿ ਸਭ ਤੋਂ ਵੱਡੀ ਚੀਜ਼ ਹੈ ਕਿ ਅਸੀਂ ਪਹਿਲਾਂ ਤਾਂ ਅਗਰ ਇਹ ਸੋਚ ਕੇ ਚੱਲੀਏ ਕਿ ਅਸੀਂ ਮਿਹਨਤੀ ਤਾਂ ਹੈ ਬਟ ਅਸੀਂ ਸਾਨੂੰ ਪੂਰੀ ਦੁਨੀਆ ਦੀ ਨੌਲੇਜ ਹੈਗੀ ਹੈ, ਬਹੁਤ ਜ਼ਿਆਦਾ ਅਕਲਮੰਦ ਹੈਗੀ ਹੈ, ਬਹੁਤ ਜ਼ਿਆਦਾ ਸਿਆਣੇ ਹੈ ਜੀ, ਜਾਂ ਦੁਨੀਆ ਦੇ ਵਿੱਚ ਕੁਛ ਵੀ ਨਵਾਂ ਹੁੰਦਾ ਸਾਡੇ ਤੱਕ ਪਹਿਲਾਂ ਪਹੁੰਚ ਜਾਂਦਾ ਜੀ, ਫਿਰ ਤਾਂ ਤੁਹਾਨੂੰ ਤਾਂ ਉੱਥੇ ਸ਼ੋਅ ਤਿਆਰ ਦੀ ਲੋੜ ਵੀ ਨਹੀਂ ਹੈ। ਬਟ ਤਕਰੀਬਨ ਕੀ ਹੁੰਦਾ ਹੈ ਕਿ ਹਰ ਰੋਜ਼ ਨਵੀਆਂ ਚੀਜ਼ਾਂ ਆ ਰਹੀਆਂ, ਨਵਾਂ ਕੰਸਟਰਕਸ਼ਨ ਇੰਡਸਟਰੀ ਐਡੀ ਵੱਡੀ ਇੰਡਸਟਰੀ ਹੈ ਜੀ, ਇੱਕ ਘਰ ਹੀ ਬਣਾਉਣ ਜਾਓ ਤਾਂ 52 ਤੋਂ 58 ਕਿ 60 ਦੇ ਕਰੀਬ ਟਰੇਡਮੈਨ ਜਿਹੜੇ ਹੈਗੇ ਅਲੱਗ ਅਲੱਗ ਕੰਮ ਕਰਦੇ ਹੈਗੇ ਆ। ਤੁਸੀਂ ਇਹ ਦੇਖੋ ਕਿ ਉਹ ਟਰੇਡਮੈਨ ਦੇ ਇਲਾਵਾ ਜਿਹੜਾ ਟਰੇਡਮੈਨ ਅਗਰ ਉਹ ਕੰਮ ਕਰ ਰਿਹਾ, ਟਰੇਡਮੈਨ ਦੀਆਂ ਆਈਟਮਾਂ ਵੀ ਹੈਗੀਆਂ ਜੀ, ਔਰ ਉਹਦੇ ਵਿੱਚ ਇੰਨਾ ਕੁਛ ਐਡਵਾਂਸਮੈਂਟ ਹੈਗਾ ਕਿ ਹਰ ਰੋਜ਼ ਕੁਛ ਨਾ ਕੁਛ ਨਵਾਂ ਆ ਰਿਹਾ, ਕੁਛ ਨਾ ਕੁਛ ਨਵਾਂ ਆ ਰਿਹਾ। ਅਸੀਂ ਤੁਹਾਨੂੰ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਹੈ ਕਿ ਤੁਸੀਂ ਇੱਕ ਵਾਰੀ ਆਪਣੀ ਨੌਲੇਜ ਵਧਾਉਣ ਵਾਸਤੇ ਟ੍ਰੇਡ ਸ਼ੋਅ 'ਤੇ ਜਾਣਾ ਜ਼ਰੂਰ ਸ਼ੁਰੂ ਕਰੋ। ਤੁਸੀਂ ਆਪਣੀ ਨੌਲੇਜ ਨੂੰ ਵਧਾਓ, ਤੁਸੀਂ ਬਿਜ਼ਨਸ ਨਹੀਂ ਕਰਨਾ ਜਾਂ ਨਹੀਂ ਦੇਣਾ ਜਾਂ ਨਹੀਂ ਕੰਮ ਕਰਨਾ ਅੱਗੇ, ਉਹ ਤੁਹਾਡੀ ਮਰਜ਼ੀ ਹੈ ਜੀ, ਠੀਕ ਹੈ ਨਾ। ਬਟ ਤੁਸੀਂ ਇੱਕ ਘੱਟੋ ਘੱਟੀ ਤਾਂ ਵਿਜ਼ਿਟ ਕਰਕੇ ਤੁਸੀਂ ਦੇਖੋ ਤੁਸੀਂ ਹੋ ਕੀ ਰਿਹਾ, ਕੀ ਕੁਝ ਨਵਾਂ ਆ ਗਿਆ, ਠੀਕ ਹੈ। ਔਰ ਸਭ ਤੋਂ ਵੱਡੀ ਚੀਜ਼ ਹੈ, ਉਹਦੇ ਲਈ ਤੁਹਾਨੂੰ ਕੋਈ ਡਾਊਨ ਟਾਊਨ ਜਾਣ ਦੀ ਲੋੜ ਨਹੀਂ ਹੈ, ਤੁਹਾਨੂੰ ਸਾਰੀਆਂ ਦਿਹਾੜੀਆਂ ਪੱਟਣ ਦੀ ਲੋੜ ਨਹੀਂ ਹੈ, ਤੁਹਾਨੂੰ ਵੀਕਡੇ ਨਹੀਂ ਹੈ, ਵੀਕਐਂਡ ਦੇ ਉੱਤੇ ਅਸੀਂ ਕਰ ਰਹੇ ਹਾਂ, ਸੈਟਰਡੇ ਨੂੰ ਜਾਂ ਐਤਵਾਰ ਨੂੰ, ਸ਼ਨੀਵਾਰ ਜਾਂ ਐਤਵਾਰ ਨੂੰ ਤੁਸੀਂ ਫ੍ਰੀ ਹੋ ਸਕਦੇ ਇੱਕ ਦਿਨ ਜੀ, ਇੱਕ ਦਿਨ ਦੇ ਵਿੱਚ। ਦੋ ਦਿਨ ਦਾ ਫਿਰ ਹੋਏਗਾ? ਦੋ ਦਿਨ ਦਾ ਸ਼ੋਅ ਹੈਗਾ, 10 ਵਜੇ ਤੋਂ ਲੈ ਕੇ 5 ਵਜੇ ਤੱਕ ਹੈ। ਅੱਛਾ ਜੀ, ਠੀਕ ਹੈ। ਲਾਉਣਾ ਕਿੱਥੇ ਹੈ ਜੀ? ਇਹ ਅਸੀਂ ਲਾ ਰਹੇ ਹੈਗੇ ਹਾਂ, ਦੇਖੋ ਸਰੀ ਜਿਹੜੀ ਹੈ ਇਸ ਟਾਈਮ ਬਹੁਤ ਬੂਮ ਕਰ ਰਿਹਾ, ਬਿਲਕੁਲ ਦਰੁਸਤ, ਔਰ ਸੈਂਟਰਲੀ ਲੋਕੇਟਡ ਹੈਗਾ, ਬਿਲਕੁਲ, ਠੀਕ ਹੈ ਜੀ। ਇਹਦੇ ਇਹਨੂੰ ਸਾਰਾ ਮਤਲਬ ਕਵਰ ਕਰਦਾ ਹੈਗਾ, ਸਾਰੀਆਂ ਫ੍ਰੇਜ਼ਰ ਵੈਲੀ ਨੂੰ, ਲੋਅਰ ਮਿਡਲੈਂਡ ਨੂੰ, ਸਾਰੇ ਪਾਸੇ ਫਿਰ ਕਵਰ ਕਰਦਾ। ਇਸ ਵਾਸਤੇ ਅਸੀਂ ਸਰੀ ਹੀ ਲੋਕੇਸ਼ਨ ਚੁਣੀ ਹੈ, ਔਰ ਸਰੀ ਦੇ ਵਿੱਚ ਸਭ ਤੋਂ ਵੱਡਾ ਹਾਲ ਜਿਹੜਾ ਹੈਗਾ ਉਹ ਕਲੋਵਰਡੇਲ ਰੋਡੀਓ ਜਾਂ ਕਹਿ ਲਓ ਜਿੱਥੇ ਫਲੀ ਮਾਰਕੀਟ ਲੱਗਦੀ ਹੈ, ਉੱਥੇ ਇੱਕ ਐਗਰੀਪਲੈਕਸ ਬਿਲਡਿੰਗ ਹੈਗੀ ਹੈ ਬਹੁਤ ਵੱਡੀ, ਅਤੇ ਉਹ ਸ਼ੋਅ ਉਹਦੇ ਵਿੱਚ ਹੋ ਰਿਹਾ, 100 ਤੋਂ ਉੱਪਰ ਬੂਥ ਲੱਗ ਰਹੇ ਹੈਗੇ ਆ। ਅੱਛਾ ਜੀ, ਠੀਕ ਹੈ। ਅਤੇ ਕਾਫੀ ਲੋਕ, ਕਾਫੀ ਕੁਛ ਨਵਾਂ ਆ ਰਿਹਾ ਹੈਗਾ ਜਿਹਦੇ ਕਿ ਜਿਹੜਾ ਕਿ ਤੁਹਾਨੂੰ ਅੱਜ ਨਹੀਂ ਤਾਂ ਕੱਲ੍ਹ ਨੂੰ ਤੁਹਾਨੂੰ ਜ਼ਰੂਰਤ ਪਏਗੀ, ਠੀਕ ਹੈ। ਤੁਹਾਨੂੰ ਅਗਰ ਕੋਈ ਬਿਲਡਰ ਹੀ ਕਹਿ ਦਿੰਦਾ ਹੈ ਕਿ ਉਹ ਜੀ ਉਹ ਚੀਜ਼ ਕਰ ਦਿਓ ਜਾਂ ਨਵੀਂ ਚੀਜ਼ ਆਈ ਹੈਗੀ ਉਹ ਤੁਸੀਂ ਯੂਜ਼ ਕਰੀਓ, ਤੁਹਾਨੂੰ ਤੁਸੀਂ ਕਹਿ ਦਿੰਦੇ ਅੱਖਾਂ ਕੀ ਹੁੰਦਾ ਜੀ, ਉਹ ਤੁਸੀਂ ਦੇਖਦੇ ਹੋ ਉੱਪਰ ਥੱਲੇ ਵੀ ਕੀ ਹੁੰਦਾ, ਮੈਂ ਤਾਂ ਦੇਖਿਆ ਵੀ ਨਹੀਂ। ਇਸ ਵਾਸਤੇ ਮੈਂ ਤਾਂ ਇਹ ਕਹਿੰਦਾ ਕਿ ਚਾਹੇ ਤੁਸੀਂ ਬਿਲਡਰ ਹੋ, ਕੰਟਰੈਕਟਰ ਹੋ, ਡਿਵੈਲਪਰ ਹੋ, ਕੁਛ ਵੀ ਹੋ, ਮੈਂ ਕਹਿੰਦਾ ਮੈਨੂਫੈਕਚਰ ਵੀ ਹੋ, ਅਤੇ ਆਪਣੀ ਆਪ ਨੂੰ ਨੌਲੇਜ ਵਧਾਉਣ ਲਈ, ਅਪਡੇਟ ਕਰਨ ਲਈ ਜ਼ਰੂਰੀ ਹੈ ਕਿ ਤੁਸੀਂ ਟ੍ਰੇਡ ਸ਼ੋਅ 'ਤੇ ਪਹੁੰਚੋ। ਅੱਛਾ, ਤੁਸੀਂ ਦੱਸ ਰਹੇ ਹੋ ਕਿ ਇਹ ਸ਼ਨੀਵਾਰ ਅਤੇ ਐਤਵਾਰ ਦੋ ਦਿਨ ਦਾ ਹੋਵੇਗਾ, ਬਿਲਕੁਲ ਠੀਕ। ਸਵੇਰ ਦੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਐਗਰੀਪਲੈਕਸ ਬਿਲਡਿੰਗ, ਜੇ ਮੈਂ ਗਲਤ ਨਾ ਹਾਂ, 62 ਅਤੇ 176 ਦੇ ਲਗਭਗ ਕੋਰਨਰ ਜਿੱਥੇ ਪੈਂਦੀ ਆ। ਹਾਂਜੀ। ਅੱਛਾ, ਉੱਥੇ ਜਿਹੜਾ ਤੁਹਾਡਾ ਸ਼ੋਅ ਹੋਣਾ, 100 ਉਸ ਦੇ ਵਿੱਚ ਤੁਸੀਂ ਦੱਸ ਰਹੇ ਹੋ ਕਿ ਬੂਥ ਹੋਣਾ, ਇਸ ਦੇ ਵਿੱਚ ਵੀ ਦੁਨੀਆ ਭਰ ਦੇ ਲੋਕ ਹੋਣਗੇ, ਕਿਸ ਤਰ੍ਹਾਂ ਦੇ ਲੋਕ? ਦੇਖੋ ਉਹਦੇ ਵਿੱਚ ਸਾਰੇ ਕੰਸਟਰਕਸ਼ਨ ਇੰਡਸਟਰੀ ਹੀ ਲੋਕ ਹੈਗੇ ਆ, ਠੀਕ ਹੈ। ਕੰਪਨੀਸ ਕੌਣ ਨੇ ਜਿਹੜੇ ਬੂਥ ਲਾ? ਕੰਪਨੀਆਂ ਦੇਖੋ ਉਹਦੇ 'ਚ ਕਾਫੀ ਕੰਪਨੀਆਂ ਜਿਹੜੀਆਂ ਲੋਕਲ ਵੀ ਹੈਗੀਆਂ। ਅੱਛਾ ਜੀ। ਕਾਫੀ ਮੇਰੇ ਕੋਲ ਅਲਬਰਟਾ ਤੋਂ ਆ ਰਹੀਆਂ, ਕੋਈ ਕਿਊਬੈਕ ਤੋਂ ਆ ਰਿਹਾ, ਕੋਈ ਮੌਂਟਰੀਅਲ ਤੋਂ ਆ ਰਿਹਾ, ਕੋਈ ਯੂ ਐਸ ਤੋਂ ਆ ਰਿਹਾ। ਅੱਛਾ, ਕਾਫੀ ਲੋਕ ਆ ਰਹੇ ਹੈਗੇ ਆ, ਚਾਈਨਾ ਤੋਂ ਇੱਕ ਅੱਧੀ ਕੰਪਨੀ ਵੀ ਆ ਰਹੀ ਹੈਗੀ ਹੈ। ਅੱਛਾ ਜੀ, ਠੀਕ ਹੈ। ਅਤੇ ਅਸੀਂ ਮਤਲਬ ਇਸ ਟਾਈਮ ਤਾਂ ਇਹ ਸੀ ਕਿ ਸਟਾਰਟ ਕਰਨਾ। ਅੱਛਾ ਜੀ, ਠੀਕ ਹੈ। ਸਟਾਰਟਿੰਗ ਵਾਸਤੇ ਬਹੁਤ ਮਿਹਨਤ ਕਰਨੀ ਪਈ ਹੈਗੀ ਹੈ ਇੱਥੇ ਤੱਕ ਪਹੁੰਚਣ ਲਈ ਜੀ, ਔਰ ਲੋਕਾਂ ਨੂੰ ਫਿਰ ਕੋਨਫੀਡੈਂਸ ਲਿਆਉਣਾ ਬਹੁਤ ਮੁਸ਼ਕਿਲ ਸੀਗਾ ਇੱਥੇ, ਕਿਉਂਕਿ ਹਜੇ ਵੀ ਤੁਸੀਂ ਬਿਲੀਵ ਕਰੋਗੇ ਕਿ 100 ਬੂਥ ਅਗਰ ਮੈਂ ਕਹਿ ਰਿਹਾ ਕਿ ਸਾਰੇ ਫੁੱਲ ਹੋ ਗਏ ਆ ਸਾਡੇ ਕੋਲ, 100 ਦੇ ਵਿੱਚੋਂ 95% ਗੋਰੇ ਹੀ ਹੈ। ਅੱਛਾ ਜੀ, ਹਾਂਜੀ। ਅੱਛਾ, ਮੈਨੂੰ ਇਹ ਦੱਸੋ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਸਿਰਫ 5% ਤੁਸੀਂ ਆਪਣਾ ਭਾਈਚਾਰਾ ਵਿੱਚ ਦੱਸ ਰਹੇ ਹੋ,
ਆਮ ਲੋਕਾਂ ਨੂੰ ਜਿਹਨਾਂ ਨਾਲ ਤੁਸੀਂ ਇੱਥੇ ਕੰਟੈਕਟ ਕੀਤਾ ਉਹ ਕੰਸਟਰਕਸ਼ਨ ਬਿਜ਼ਨਸ ਦੇ ਨਾਲ ਕਿਵੇਂ ਵੀ ਜੁੜੇ ਹੋਏ ਨੇ, ਉਹਨਾਂ ਦਾ ਹੁੰਗਾਰਾ ਕਿਹੋ ਜਿਹਾ ਮਿਲਦਾ ਸੀ, ਕੀ ਕਹਿੰਦੇ ਸੀ? ਦੇਖੋ ਜਿਹੜੇ ਤਾਂ ਜਿਨ੍ਹਾਂ ਨੂੰ ਤਾਂ ਅਸੀਂ ਕੰਟੈਕਟ ਕੀਤਾ ਹੈ ਵੀ ਜਿਨ੍ਹਾਂ ਨੂੰ ਤੁਸੀਂ ਪਲੇਟਫਾਰਮ ਦਿੱਤਾ ਹੈਗਾ, ਜਿਹੜੇ ਉਹ ਮੈਨੂਫੈਕਚਰ ਹੈਗੇ, ਚਾਹੇ ਉਹ ਕੈਬਨਿਟ ਵਾਲੇ ਹੈਗੇ ਆ ਜਾਂ ਕੋਈ ਡਰਾਈਵਾਲ ਵਾਲੇ ਹੈਗੇ ਆ, ਸਪਲਾਇਰ ਹੈਗੇ ਆ, ਦੇਖੋ ਹਰੇਕ ਕੋਲ ਕੁਛ ਨਾ ਕੁਛ ਹੈ ਦਿਖਾਉਣ ਲਈ, ਠੀਕ ਹੈ, ਬਟ ਉਹ ਉਹਨਾਂ ਦੇ ਵਿੱਚ ਕੌਨਫੀਡੈਂਸ ਹੀ ਹੈ ਨਹੀਂ ਗਾ, ਉਹ ਡਰੇ ਹੋਏ, ਉਹਨਾਂ ਨੂੰ ਪਤਾ ਹੀ ਨਹੀਂ ਹੈ ਉਹ ਹੁੰਦਾ ਕੀ ਹੈ। ਅੱਛਾ, ਕਦੇ ਪਤਾ ਹੀ ਨਹੀਂ, ਦੇਖਿਆ ਹੀ ਨਹੀਂ, ਜੇ ਟ੍ਰੇਡ ਸ਼ੋਅ ਕਿਸੇ ਨੇ ਦੇਖਿਆ ਵੀ ਆ, ਅਗਰ ਕੋਈ ਕਿਸੇ ਨੂੰ ਕਿਤੇ ਵੇਗਸ ਲੈ ਗਿਆ ਜਾਂ ਡਾਊਨ ਟਾਊਨ ਕਿਤੇ ਕੋਈ ਚਲੇ ਗਿਆ, ਅਤੇ ਉਹਨਾਂ ਨੂੰ ਡਰ ਹੈ ਵੀ ਅਸੀਂ ਉੱਥੇ ਕੀ ਕਰਾਂਗੇ, ਉੱਥੇ ਜਾ ਕੇ ਦਿਖਾਵਾਂਗੇ, ਪ੍ਰੈਜੈਂਟੇਸ਼ਨ ਕਿੱਦਾਂ ਦੇਵਾਂਗੇ, ਕੀ ਦਿਖਾਵਾਂਗੇ, ਔਰ ਲੋਕਾਂ ਨੇ ਸਾਡੀ ਹਾਸਾ ਮਜ਼ਾਕ ਕਰਨਾ। ਅੱਛਾ, ਜਿਹੜੇ ਹੁਣ ਜਿਹਨੂੰ ਪ੍ਰੈਜੈਂਟੇਸ਼ਨ ਨਹੀਂ ਕਰਨੀ ਆਉਂਦੀ, ਉਹਨੇ ਬੂਥ ਭਾਵੇਂ ਬੁੱਕ ਕਰਵਾ ਵੀ ਲਿਆ, ਕੋਈ ਥੋੜ੍ਹਾ ਬਹੁਤਾ ਗਾਈਡ ਵੀ ਕਰਦੇ ਹੋ? ਬਿਲਕੁਲ ਕਰਦੇ ਹੈਗੇ ਹਾਂ, ਮੈਂ ਤਾਂ ਹਮੇਸ਼ਾ ਪਹਿਲੇ ਗੱਲ ਤੋਂ ਇਸ ਪਹਿਲੇ ਸਟੇਜ ਹੀ ਹੁੰਦੀ ਹੈ ਕਿ ਤੁਸੀਂ ਪਹਿਲਾਂ ਤਾਂ ਕੌਨਫੀਡੈਂਟ ਹੋਵੋ, ਤੁਸੀਂ ਆਪਣੇ ਆਪ 'ਚ ਇਹ ਕਰੋ ਕਿ ਹਾਂ ਕਿ ਤੁਹਾਡੇ ਕੋਲ ਕੁਛ ਐਸਾ ਹੈ ਜਿਹੜਾ ਕਿਸੇ ਹੋਰ ਕੋਲ ਨਹੀਂ ਹੈ। ਅੱਛਾ, ਠੀਕ ਹੈ ਨਾ, ਕਿਉਂਕਿ ਜਿੰਨੀ ਦੇਰ ਤੁਸੀਂ ਆਪਣੇ ਆਪ ਨੂੰ ਸੁਪੀਰੀਅਰ ਨਹੀਂ ਗਿੰਦੇ, ਤੁਸੀਂ ਆਪਣੇ ਆਪ ਨੂੰ ਇੱਕ ਗਿੰਦੇ ਨਹੀਂ ਹੈਗੇ ਹੋ ਕਿ ਮੈਂ ਜੋ ਮੈਂ ਮਾਸਟਰ ਹੈਗਾ, ਮੇਰੇ ਵਰਗਾ ਕੋਈ ਕੰਮ ਕਰ ਨਹੀਂ ਸਕਦਾ, ਕੋਈ ਹੋਰ ਹੈ ਹੀ ਨਹੀਂ ਮੇਰੇ ਵਰਗਾ, ਠੀਕ ਹੈ ਨਾ, ਉਹ ਜਿੰਨੀ ਦੇਰ ਉਹ ਕੌਨਫੀਡੈਂਸ ਤੁਹਾਡੇ 'ਚ ਨਹੀਂ ਆਉਂਦਾ ਤੁਸੀਂ ਅੱਗੇ ਨਹੀਂ ਵੱਧ ਸਕਦੇ, ਪਹਿਲੀ ਗੱਲ ਦਾ। ਦੂਸਰੀ ਗੱਲ, ਜਦੋਂ ਤੁਹਾਡੇ 'ਚ ਇਹ ਕੌਨਫੀਡੈਂਸ ਆ ਜਾਂਦਾ ਹੈਗਾ, ਤੁਹਾਨੂੰ ਅੱਗੇ ਸਪੋਰਟ ਅਸੀਂ ਕਰਨ ਨੂੰ ਤਿਆਰ ਹੈਗੇ ਹਾਂ, ਤੁਹਾਨੂੰ ਗਾਈਡ ਕਰ ਦਾਂਗੇ, ਤੁਸੀਂ ਹੁਣ ਆਹ ਕਰ ਲਓ, ਇਹਨੂੰ ਇੱਦਾਂ ਪ੍ਰੈਜੈਂਟੇਸ਼ਨ ਤਿਆਰ ਕਰ ਲਓ, ਇਹਦੀ ਇੱਦਾਂ ਕਰ ਲਓ, ਠੀਕ ਹੈ ਨਾ, ਕੋਸਟ ਬਚਾਉਣ ਵਾਸਤੇ ਅਸੀਂ ਘੱਟੋ ਘੱਟ ਨਹੀਂ ਤਾਂ ਵਧੀਆ ਨਾ ਬੰਦਿਆਂ ਨਾਲ ਕੰਟੈਕਟ ਕਰਾ ਕੇ ਤੁਹਾਡਾ ਰੀਜ਼ਨੇਬਲ ਖਰਚੇ ਦੇ ਉੱਤੇ ਤੁਹਾਡੀ ਤਿਆਰੀ ਕਰਾ ਸਕਦੇ ਹੈਗੇ ਹਾਂ। ਤੁਹਾਡੀਆਂ ਇਹ ਗੱਲਾਂ ਸੁਣਨ ਤੋਂ ਬਾਅਦ ਉਹ ਕਿੰਨਾ ਕਿੰਨਾ ਕੁ ਤਿਆਰ ਤੁਹਾਨੂੰ ਲੱਗਦੇ ਹੁੰਦੇ ਜੀ? ਅਸੀਂ ਜੀ ਮੋਸਟਲੀ ਤਾਂ ਇਹ ਸੀ, ਅਸੀਂ ਸਲਾਹ ਕਰਾਂਗੇ ਜੀ, ਪਾਰਟਨਰ ਨਾਲ ਗੱਲ ਕਰਾਂਗੇ, ਫੈਮਿਲੀ ਨਾਲ ਗੱਲ ਕਰਾਂਗੇ, ਜਦਕਿ ਦੂਸਰੇ ਬੰਦੇ ਘਰ ਦੇ ਤਿਆਰ ਹੁੰਦੇ ਕਈ ਵਾਰੀ ਤਾਂ। ਅੱਛਾ ਜੀ, ਉਹ ਕਰਨਾ ਚਾਹੁੰਦੇ ਆ ਜੀ, ਬਟ ਉਹ ਕੌਨਫੀਡੈਂਸ ਹੀ ਹੈ ਨਹੀਂ, ਆਪਣੇ 'ਚ ਹੀ ਕੌਨਫੀਡੈਂਸ ਹੀ ਹੈ ਨਹੀਂ, ਅੱਗੇ ਵਧਣਾ ਹੀ ਨਹੀਂ ਚਾਹੁੰਦੇ, ਕੀ ਕਰੋਗੇ? ਠੀਕ ਹੈ ਜੀ, ਸਾਡਾ ਵਧੀਆ ਹੁੰਦਾ, ਗੁੱਡਾ ਗੁਜ਼ਾਰਾ ਚੱਲੀ ਜਾਂਦਾ, ਕੀ ਕਰਨਾ ਜੀ, ਕਿਉਂ ਪੰਗਾ ਲੈਣਾ? ਹਾਂ, ਇੱਕ ਬਹੁਤ ਬਿਜ਼ੀ ਆ ਜੀ, ਕੰਮ ਬਹੁਤ ਬਿਜ਼ੀ ਹੈ। ਅੱਛਾ, ਤੁਸੀਂ ਪਹਿਲਾਂ, ਮੈਂ ਤਾਂ ਇਸ ਗੱਲ ਤੋਂ ਹੈਰਾਨ ਹਾਂ ਕਿ ਇੰਡਸਟਰੀ ਦੇ ਵਿੱਚ ਕਿ ਆਪ ਹੀ ਪਿਛਲੇ 20 ਸਾਲਾਂ ਦੇ ਉੱਤੇ ਜੇ ਤੁਸੀਂ ਕੋਈ ਕੈਬਨਿਟ ਬਣਾ ਰਹੇ ਹੋ ਤਾਂ ਆਪ ਵੀ ਕੈਬਨਿਟ ਹੀ ਅਜੇ ਤੱਕ ਬਣਾਈ ਜਾ ਰਿਹਾ, ਉੱਥੇ ਹੀ ਉਹ ਡਿਜ਼ਾਈਨ ਵੀ ਉਹੀ ਨੇ, ਉਹਦੇ ਰੰਗ ਵੀ ਉਹੀ ਨੇ ਉਹਦੇ। ਉਹੀ ਤਾਂ ਮੈਂ ਹੈਰਾਨ ਹਾਂ ਕਿ ਤੁਸੀਂ ਆਪ ਲੇਬਰ ਕਿਉਂ ਕਰੀ ਜਾ ਰਹੇ ਹੋ, ਤੁਸੀਂ ਬਿਜ਼ਨਸਮੈਨ ਆਪਣੇ ਆਪ ਨੂੰ ਕਹਾਉਂਦੇ ਹੋ, ਬਟ ਬਿਜ਼ਨਸਮੈਨ ਦੀ ਕੈਟੇਗਰੀ ਕੀ ਹੁੰਦੀ ਹੈਗੀ ਇਹ ਤੁਹਾਨੂੰ ਨਹੀਂ ਪਤਾ। ਬਿਜ਼ਨਸਮੈਨ ਤਾਂ ਉਹ ਹੁੰਦਾ ਹੈਗਾ ਕਿ ਤੁਸੀਂ ਸਿਰਫ ਅਗਲੇ ਨੂੰ ਸੁਪਰਵਾਈਜ਼ ਕਰੋ, ਕੰਮ ਲੋਕ ਕਰਨ ਤੁਹਾਡੇ ਲਈ, ਪੈਸਾ ਤੁਹਾਡੇ ਲਈ ਕੰਮ ਕਰਦਾ ਹੋਵੇ, ਨਾ ਕਿ ਤੁਸੀਂ ਪੈਸੇ ਲਈ। ਹਾਂ, ਬਟ ਆਪ ਤੁਸੀਂ ਸਾਰੇ ਲੱਗੇ ਹੋਏ ਹੈਗੇ, ਆਪਣੇ ਹੱਥੀਂ ਸਾਰਾ ਕੁਝ ਕਰਕੇ ਆਉਂਦੇ ਹੈਗੇ, ਉਹ ਬਿਜ਼ਨਸ ਕਾਹਦਾ ਹੋਇਆ? ਇਹ ਗੱਲ ਜਦੋਂ ਤੁਸੀਂ ਉਹਨਾਂ ਨੂੰ ਦੱਸ ਦਿਓ, ਖਾਣੇ 'ਚ ਪੈਂਦੀ ਹੈ? ਨਹੀਂ ਪੈਂਦੀ। ਅੱਛਾ, ਚਲੋ, ਬਟ ਇਹ ਹੈ ਵੀ ਸ਼ੁਰੂਆਤ ਹੈਗੀ ਹੈ, ਕਿਉਂਕਿ ਕਿਸੇ ਵੀ ਕੰਮ ਦੀ ਸ਼ੁਰੂਆਤ ਜਿਹੜੀ ਹੈਗੀ ਉਹ ਬਹੁਤ ਔਖੀ ਕਰਨੀ ਤਾਂ ਪੈਂਦੀ ਹੈ। ਅੱਛਾ, ਇਹ ਦੱਸੋ ਹੁਣ ਜੇ ਆਪਾਂ ਬੀ ਸੀ ਤੋਂ ਲੋਅਰ ਮੇਨਲੈਂਡ ਜਾਂ ਫਰੇਜ਼ਰ ਵੈਲੀ ਦੀ ਗੱਲ ਕਰੀਏ, ਇੱਥੇ ਕੰਸਟਰਕਸ਼ਨ ਰੇਟ ਦੀ ਹੱਡੀ ਹੈ, ਕੰਸਟਰਕਸ਼ਨ ਬਿਨਾਂ ਨਾ ਕਿਸੇ ਘਰ ਦਾ ਗੁਜ਼ਾਰਾ, ਨਾ ਕਿਸੇ ਪਰਿਵਾਰ ਦਾ ਗੁਜ਼ਾਰਾ, ਇੱਥੋਂ ਤੱਕ ਜੇ ਮੈਂ ਕਹਿ ਦਿਆਂ ਬੀ ਸੀ ਸਰਕਾਰ ਦਾ ਵੀ ਗੁਜ਼ਾਰਾ ਨਹੀਂ ਹੈਗਾ, ਕਿਉਂਕਿ ਸਾਡੀ ਮੇਨ ਇੰਡਸਟਰੀ ਰੀਅਲ ਅਸਟੇਟ ਜਾਂ ਕੰਸਟਰਕਸ਼ਨ ਇੰਡਸਟਰੀ ਹੈ, ਇਹਦੇ ਨਾਲ ਹਰ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਅਸੀਂ ਜੁੜੇ ਹੋਏ ਹਾਂ। ਤੁਸੀਂ ਉਹਨਾਂ ਨੂੰ ਮੋਟੀਵੇਟ ਕਰ ਰਹੇ ਹੋ ਕਿ ਆਓ ਭਾਈ, ਤੁਹਾਨੂੰ ਦੱਸੀਏ ਕਿ ਇਹਦੇ ਵਿੱਚ ਨਵਾਂ ਬਹੁਤ ਕੁਛ ਹੋ ਰਿਹਾ, ਬਹੁਤ ਕੁਛ ਹੈਗਾ। ਹੁਣ ਕੁਛ ਤਾਂ ਤੁਸੀਂ ਦੱਸ ਰਹੇ ਹੋ ਕਿ ਇਸ ਤਰ੍ਹਾਂ ਦੇ ਲੋਕ ਨੇ ਜਿਨ੍ਹਾਂ 'ਚ ਕੌਨਫੀਡੈਂਸ ਦੀ ਕਮੀ ਹੈ, ਬਹੁਤ ਜ਼ਿਆਦਾ, ਕੋਈ ਕੌਨਫੀਡੈਂਟ ਵੀ ਲੱਭੇ? ਦੇਖੋ, ਕੌਨਫੀਡੈਂਟ ਵੀ ਹੈਗੇ ਆ, ਬਟ ਉਹਨਾਂ ਕੋਲ ਕੀ ਕਹਿੰਦੇ ਹੁੰਦੇ ਹੈਗੇ ਆ ਵੀ
ਕਰਨਾ ਚਾਹੁੰਦੇ ਹੈਗੇ ਆ, ਇੰਟਰਸਟਿਡ ਹੈਗੇ ਆ, ਬਟ ਕੀ ਕਹਿੰਦੇ ਹੈਗੇ ਉਹ ਇਹ ਵੀ ਦੇਖਣਾ ਚਾਹੁੰਦੇ ਆ ਕਿ ਅਸੀਂ ਪਹਿਲਾ ਸ਼ੋਅ ਆ, ਪਤਾ ਨਹੀਂ ਸਾਡੀ ਹਾਸੋਵਾਲ ਹੀ ਨਾ ਹੋ ਜਾਵੇ। ਅੱਛਾ, ਠੀਕ ਹੈ ਨਾ, ਕਿਉਂਕਿ ਮੈਂ ਇਸ ਗੱਲ ਤੋਂ ਹੈਰਾਨ ਹਾਂ ਕਿ ਤੁਸੀਂ ਮੈਨੂੰ ਕਿਸੇ ਨੇ ਵੀ, ਆਪਣੇ ਭਾਈਚਾਰੇ ਨੇ ਮੈਨੂੰ, ਮੈਂ ਬਹੁਤ ਸਪੋਰਟ ਮੰਗੀ, ਹਰੇਕ ਕੋਲ ਜਾ ਕੇ ਖੜਾ ਹੋਇਆ। ਅੱਛਾ, ਕਿ ਤੁਸੀਂ ਮੈਨੂੰ ਸਪੋਰਟ ਕਰੋ ਯਾਰ, ਮੈਂ ਨਵੀਂ ਚੀਜ਼ ਲਿਆ, ਨਵੀਂ ਚੀਜ਼ ਲਿਆ ਰਿਹਾ, ਅੱਜ ਤੁਸੀਂ ਮੇਰੇ ਨਾਲ ਖੜੋਗੇ ਹੈ ਨਾ, ਅਤੇ ਕੱਲ੍ਹ ਨੂੰ ਘੱਟੋ ਘੱਟ ਨਹੀਂ ਤਾਂ ਮੈਨੂੰ ਵੀ ਵਿਸ਼ਵਾਸ ਹੋਊਗਾ, ਜਦੋਂ ਅਸੀਂ ਕਾਮਯਾਬ ਹੋਵਾਂਗੇ ਤਾਂ ਮੈਂ ਇਕੱਲਾ ਨਹੀਂ ਹੋਊਂਗਾ, ਸਾਰੇ ਹੀ ਹੋਵਾਂਗੇ, ਸਾਰੀ ਕਮਿਊਨਿਟੀ ਹੋਏਗੀ। ਹੁਣ ਕੀ ਹੋ ਰਿਹਾ ਕਿ ਮੇਰੇ ਕੋਲ 95% ਗੋਰੇ ਲੋਕ ਹੈਗੇ ਆ ਜਿਹੜੇ ਆ ਰਹੇ ਹੈਗੇ ਬੋਰਡ ਦੇ ਉੱਤੇ। ਅੱਛਾ, ਹੁਣ ਬਿਜ਼ਨਸ ਜਿਹੜਾ ਸਾਰਾ ਉਹ ਲੈ ਕੇ ਜਾਣਗੇ, ਜਿਹੜਾ ਬਿਜ਼ਨਸ ਮੈਂ ਚਾਹੁੰਦਾ ਸੀ ਕਿ ਆਪਣੇ ਭਾਈਚਾਰੇ ਨੂੰ ਮਿਲਦਾ। ਠੀਕ ਹੈ, ਜਿੰਨੇ ਹੁਣ ਮੈਨੂੰ ਕਈ ਹੈ ਨਾ, ਮੈਂ ਜਦੋਂ 2 ਸਾਲ ਪਹਿਲਾਂ ਸਰਵੇ ਸ਼ੁਰੂ ਕੀਤਾ, ਫੀਡਬੈਕ ਸ਼ੁਰੂ ਕੀਤੀ, ਮੈਂ ਬਿਲਡਰਾਂ ਨਾਲ ਕੋਂਟੈਕਟ ਕੀਤਾ, ਲਿਸਟ ਬਣਾਈ, ਉਹਨਾਂ ਨਾਲ ਗੱਲਬਾਤ ਸ਼ੁਰੂ ਕੀਤੀ, ਮੈਂ ਕਈ ਗੋਰੇ ਬਿਲਡਰਾਂ ਨਾਲ ਗੱਲ ਕੀਤੀ ਜਿਹੜੇ ਨੌਰਥ ਵੈਂਕੂਵਰ, ਵੈਸਟ ਵੈਂਕੂਵਰ ਜਾਂ ਬਰਨ ਬੀਚ ਜਾਂ ਰਿਚਮੰਡ 'ਚ ਜਾਂ ਬਣਾ ਰਹੇ ਘਰ, ਉਹ ਕਹਿੰਦੇ ਜੀ ਅਸੀਂ, ਸਾਨੂੰ ਈਸਟ ਇੰਡੀਅਨ ਜਿਹੜਾ ਹੈਗਾ ਕੋਂਟਰੈਕਟਰ ਚਾਹੀਦਾ, ਅੱਛਾ ਟਰੇਡਮੈਨ ਚਾਹੀਦਾ, ਅਸੀਂ ਇਸ ਵਾਸਤੇ ਸ਼ੋਅ ਦੇਖਣ ਆਵਾਂਗੇ, ਤੁਸੀਂ ਕਰੋ ਜਿੱਥੇ ਵੀ ਕਰੋਗੇ, ਜੇ ਸਰੀ 'ਚ ਕਰ ਰਹੇ ਹੋ ਤਾਂ ਵੀ ਆਰ ਵੈਰੀ ਹੈਪੀ ਟੂ ਬੀ ਦੇਅਰ। ਠੀਕ ਹੈ, ਉਹ ਕਰਨਾ ਚਾਹੁੰਦੇ ਆ, ਆਉਣਾ ਚਾਹੁੰਦੇ ਆ, ਉਹ ਆਉਣਗੇ ਵੀ, ਲੇਕਿਨ ਇੱਥੇ ਜਦੋਂ ਆਪਣੇ ਬੰਦੇ ਹੈ ਹੀ ਨਹੀਂ ਉੱਥੇ ਮੋਹਰੇ, ਅਤੇ ਬਿਜ਼ਨਸ ਤਾਂ ਜਿਹੜਾ ਉੱਥੇ ਜਾਏਗਾ ਉਹਨੂੰ ਮਿਲੇਗਾ, ਬਿਜ਼ਨਸ 'ਚ ਜਿਹੜਾ ਉਹ, ਅਤੇ ਜਿਹੜਾ ਬੰਦਾ ਹੌਸਲਾ ਕਰਕੇ ਜਾ ਰਿਹਾ, ਜਿਹੜਾ ਉੱਥੇ ਹਿੰਮਤ ਕਰਕੇ ਆਪਣੀ ਪ੍ਰੈਜੈਂਟੇਸ਼ਨ ਦੇ ਰਿਹਾ, ਬਿਜ਼ਨਸ ਤਾਂ ਉਹ ਲੈ ਕੇ ਜਾਏ ਜੀ। ਦੋਸਤੋ, ਇਸ ਵਕਤ ਰਮਨ ਸ਼ਰਮਾ ਜੀ ਬਹੁਤ ਤੁਹਾਡੇ ਰੁਜ਼ਗਾਰ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਕਰ ਰਹੇ ਨੇ। ਦੁਨੀਆਂ ਦੇ ਵਿੱਚ ਨਿਤ ਦਿਨ ਕੁਝ ਨਾ ਕੁਝ ਨਵਾਂ ਹੋ ਰਿਹਾ ਹੈ, ਸਮੇਂ ਦੇ ਹਾਣੀ ਸਾਨੂੰ ਬਣਨਾ ਪੈਂਦਾ, ਸਮੇਂ ਨੇ ਕਦੇ ਕਿਸੇ ਦੀ ਉਡੀਕ ਨਹੀਂ ਕੀਤੀ, ਸਮਾਂ ਤਾਂ ਮੈਨੂੰ ਵੀ ਕਹਿ ਰਿਹਾ ਕਿ ਹੁਣ ਬ੍ਰੇਕ ਦਾ ਸਮਾਂ, ਫਿਰ ਆਉਂਦੇ ਹਾਂ। ਬਹੁਤ ਵਿਸ਼ਾਲ ਹੈ ਖਬਰਾਂ ਦਾ ਇਹ ਸੰਸਾਰ, ਕਦੇ ਸੱਚ ਦੀ ਖਬਰ ਅਤੇ ਕਦੇ ਕੱਚ ਦੀ ਖਬਰ, ਕਦੇ ਦੁੱਖ ਦੀ ਖਬਰ ਅਤੇ ਕਦੇ ਭੁੱਖ ਦੀ ਖਬਰ, ਪਰ ਹਰ ਖਬਰ ਦੇ ਪਿੱਛੇ ਲੁਕੀ ਹੁੰਦੀ ਹੈ ਇੱਕ ਖਬਰ, ਜਿਸ ਦੀ ਗੱਲ ਕਰਦੇ ਹਾਂ ਅਸੀਂ ਪ੍ਰੋਗਰਾਮ ਖਬਰ ਦੀ ਖਬਰ ਦੇ ਵਿੱਚ। ਪ੍ਰਾਈਮ ਏਸ਼ੀਆ ਟੀ ਵੀ 'ਤੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਹਰ ਰੋਜ਼ ਟੋਰਾਂਟੋ ਟਾਈਮਿੰਗ 8:30 ਸ਼ਾਮੀ ਅਤੇ ਇਸੇ ਟਾਈਮ ਵੈਨਕੂਵਰ। ਦੋਸਤੋ, ਚੱਲਦੇ ਚੱਲਦੇ ਪ੍ਰੋਗਰਾਮ ਦੀ ਅਗਲੀ ਅਤੇ ਆਖਰੀ ਮੰਜ਼ਿਲ ਵੱਲ ਵਧ ਰਹੇ ਹਾਂ। ਕੰਸਟਰਕਸ਼ਨ ਐਕਸਪੋ ਦੇ ਬਾਬਤ ਸਾਡੀ ਗੱਲਬਾਤ ਰਮਨ ਸ਼ਰਮਾ ਜੀ ਦੇ ਨਾਲ ਚੱਲ ਰਹੀ ਹੈ। ਆਓ ਅੱਜ ਦੀ ਇਸ ਗੱਲਬਾਤ ਨੂੰ ਹੋਰ ਅੱਗੇ ਤੋਰਦੇ ਹਾਂ, ਪਰ ਮੈਂ ਚਾਹੁੰਦਾ ਕਿ ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਪ੍ਰਤੀ, ਜੇਕਰ ਕੰਸਟਰਕਸ਼ਨ ਦੇ ਨਾਲ ਜੁੜੇ ਹੋਏ ਹੋ ਤਾਂ ਆਪਣੇ ਸੁਝਾਅ ਸਾਡੇ ਤੱਕ ਜ਼ਰੂਰ ਪੁੱਜਦੇ ਕਰਿਓ। ਤੁਸੀਂ ਇਸ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਰਮਨ ਸ਼ਰਮਾ ਹੋਰਾਂ ਦਾ ਇਸ ਵਕਤ ਨੰਬਰ ਸਾਡੇ ਸਕਰੀਨ 'ਤੇ ਆ ਰਿਹਾ ਹੈ, ਇਹਦੇ ਨਾਲ ਸੰਪਰਕ ਕਰ ਸਕਦੇ ਹੋ ਅਤੇ ਇਸ ਦੀ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਸ਼ਰਮਾ ਜੀ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਬਹੁਤ ਸਾਰੇ ਲੋਕ ਝਿਜਕਦੇ ਨੇ, ਉਹਨਾਂ ਦੀ ਝਿਜਕ ਕਿਵੇਂ ਦੂਰ ਕੀਤੀ ਜਾਵੇ? ਦੇਖੋ, ਝਿਜਕ ਦੂਰ ਟਾਈਮ ਦੇ ਨਾਲ ਹੀ ਹੋਏਗੀ ਕਿ ਜਿੰਨੀ ਦੇਰ ਉਹ ਹੀ ਕਹਿੰਦੇ ਆ ਨਾ ਕਿ ਸ਼ੁਰੂਆਤ ਤਾਂ ਕਰਨੀ ਪਏਗੀ, ਜਾਂ ਇਹ ਤਾਂ ਨਹੀਂ ਉਹ ਕਹਿੰਦੇ, ਇਹ ਤਾਂ ਨਹੀਂ ਸੋਚਦੇ ਕਿ ਜਦ ਐਤਕੀ ਪਹਿਲੀ ਵਾਰੀ ਦੇਖ ਕੇ ਆਵਾਂਗੇ ਜਾ ਕੇ ਅਗਲੀ ਵਾਰੀ ਸੋਚ ਲਾਂਗੇ? ਇਹ ਕਿਹਾ ਕਿਸੇ 90% ਤਾਂ ਹੀ ਹੈ। ਅੱਛਾ, 90% ਉਹੀ ਹੈਗੇ ਆ ਵੀ ਅਸੀਂ ਪਹਿਲਾ ਸ਼ੋਅ ਹੈ, ਪਤਾ ਨਹੀਂ ਕਿੱਦਾਂ ਦਾ ਹੋਣਾ। ਠੀਕ ਹੈ, ਅਸੀਂ ਕਿਉਂ ਜਾਈਏ? ਤੁਸੀਂ, ਮੈਂ ਉਹੀ ਗੱਲ ਤੋਂ ਹੈਰਾਨ ਹਾਂ ਕਿ ਤੁਸੀਂ ਸਗੋਂ ਨਾਲ ਮੇਰੇ ਨਾਲ ਮੈਨੂੰ ਸਪੋਰਟ ਕਰਦੇ ਹੋ,
ਆਪਾਂ ਅੱਗੇ ਵੱਧਦੇ ਸਾਰੇ ਇਕੱਠੇ ਮਿਲ ਕੇ ਤਾਂ ਜ਼ਿਆਦਾ ਵਧੀਆ ਸੀਗਾ। ਬਟ ਚਲੋ ਅਸੀਂ ਅਜੇ ਵੀ ਤੁਹਾਡੇ ਨਾਲ ਹੀ ਹੈ, ਕਿਉਂਕਿ ਇਹ ਜੋ ਕੁਛ ਵੀ ਹੋ ਰਿਹਾ ਅਸੀਂ ਇੰਡਸਟਰੀ ਵਾਸਤੇ ਕਰ ਰਹੇ ਹਾਂ, ਆਪਣੇ ਭਾਈਚਾਰੇ ਲਈ, ਇਹਨੂੰ ਕਾਮਯਾਬ ਕਰਨ ਲਈ, ਕੰਸਟਰਕਸ਼ਨ ਇੰਡਸਟਰੀ ਨੂੰ ਕਾਮਯਾਬ ਕਰਨ ਲਈ। ਠੀਕ ਹੈ, ਮੈਨੂੰ ਗੋਰਿਆਂ ਨਾਲ ਕੋਈ ਪ੍ਰੋਬਲਮ ਨਹੀਂ ਹੈਗੀ ਆ, ਮੈਂ ਕਹਿੰਦਾ ਬਹੁਤ ਵਧੀਆ ਬੰਦੇ ਹੈਗੇ ਉਹ ਵੀ। ਠੀਕ ਹੈ, ਉਹ ਵੀ ਬਹੁਤ ਸੋਹਣਾ ਕੰਮ ਕਰਦੇ ਹੈਗੇ ਆ। ਅਤੇ ਬਟ ਹੈਰ ਮੈਨੂੰ ਇਹ ਸੀਗਾ ਕਿ ਆਪਣੇ ਲੋਕ ਵੀ ਜ਼ਿਆਦਾ ਤੋਂ ਜ਼ਿਆਦਾ ਮਾਰਕੀਟ 'ਚ ਆਉਣਗੇ ਅਤੇ ਉਹਨਾਂ ਨੂੰ ਬਿਜ਼ਨਸ ਜ਼ਿਆਦਾ ਤੋਂ ਜ਼ਿਆਦਾ ਮਿਲੇਗਾ, ਲੋਕਾਂ ਨੂੰ ਨੌਲੇਜ ਵਧੇਗੀ, ਲੋਕਾਂ ਨੂੰ ਪਤਾ ਲੱਗੇਗਾ ਵੀ ਅਸੀਂ ਕਿਤੇ ਕਿਤੇ ਹੈਗੇ ਹਾਂ। ਹੁਣ ਆਪਣੀਆਂ ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਨੇ, ਕੋਈ ਡੋਰ ਬਣਾ ਰਹੀ ਹੈ, ਕੋਈ ਵਿੰਡੋਜ਼ ਬਣਾ ਰਹੀਆਂ ਨੇ, ਕੋਈ ਗਲਾਸ ਬਣਾ ਰਹੀਆਂ ਨੇ, ਕੋਈ ਸ਼ਾਵਰ ਡੋਰਸ ਬਣਾ ਰਹੀਆਂ ਨੇ, ਤੁਸੀਂ ਉਹਨਾਂ ਨਾਲ ਵੀ ਸਾਰਿਆਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼? ਤੁਸੀਂ ਇਹ ਮੈਂ ਸਭ ਨਾਲ ਹੀ ਕੀਤਾ, ਸਭ ਵੱਡੇ ਵੱਡੇ ਜਿੰਨੇ ਵੀ ਹੈਗੇ ਆ ਨਾ। ਅੱਛਾ ਜੀ, ਹਾਂਜੀ, ਉਹਨਾਂ ਨੇ ਬਸ ਇੱਕੋ ਹੀ ਗੱਲ ਹੈਗੀ ਆ ਕਿ ਬਹੁਤ ਬਿਜ਼ੀ ਆ ਜੀ ਅਸੀਂ, ਉਹ ਸਿਰਫ ਐਕਸਕਿਊਜ਼ ਹੈ। ਠੀਕ ਹੈ, ਹੁਣ ਜਾਂ ਤਾਂ ਉਹ ਬਹੁਤ ਜ਼ਿਆਦਾ ਰੀਅਲੀ ਬਿਜ਼ੀ ਹੈਗੇ ਆ, ਉਹਨਾਂ ਨੂੰ ਕੰਮ ਦੀ ਲੋੜ ਨਹੀਂ ਹੈਗੀ। ਦੇਖੋ, ਕੰਮ ਕੁਛ ਨਵਾਂ ਮਾਰਕੀਟ 'ਚ ਵੇਖਣਾ ਜਾਂ ਤਜਰਬਾ ਨਹੀਂ ਕਰਨਾ ਚਾਹੁੰਦੇ, ਕੁਛ ਨਹੀਂ ਕਰਨਾ ਚਾਹੁੰਦੇ। ਹੁਣ ਉਹ ਮੈਂ ਦੇਖਿਆ ਕਿ ਜੇ ਤਾਂ ਉਹ ਕੋਈ ਡਾਊਨ ਟਾਊਨ ਸ਼ੋਅ ਹੈ, ਉਹਦੇ 'ਚ ਕਈ ਪਾਰਟੀਸਪੇਟ ਕਰਨ ਨੂੰ ਤਿਆਰ ਹੋ ਜਾਣਗੇ, ਉਹ ਤਾਂ ਕਰ ਵੀ ਲੈਂਦੇ ਆ, ਇੱਕ ਦੋ ਬੰਦੇ ਮੈਂ ਦੇਖੇ ਹੈਗੇ ਆ। ਬਟ ਉਹ ਕਿਉਂਕਿ ਹੁਣ ਅਸੀਂ ਇੱਥੇ ਸ਼ੋਅ ਕਰ ਰਹੇ ਹੈਗੇ ਹਾਂ ਔਰ ਆਪਣੀ ਇੰਡਸਟਰੀ ਨੂੰ ਆਪਣੇ ਲੋਕਾਂ ਨੂੰ ਵਿੱਚ ਕਾਮਯਾਬ ਕਰਨ ਲਈ, ਅਤੇ ਉੱਥੇ ਨਹੀਂ ਪਾਰਟੀਸਪੇਟ ਕਰਨਾ ਚਾਹੁੰਦੇ। ਇਹ ਤਾਂ ਨਹੀਂ ਕਿਤੇ ਜਿਹੜੇ ਉਹ ਡਾਊਨ ਟਾਊਨ ਦੇ ਵਿੱਚ ਜਾਂ ਕਿਤੇ ਹੋਰ ਐਕਸਪੋ ਇਸ ਤਰ੍ਹਾਂ ਦੀ ਐਗਜ਼ੀਬਿਸ਼ਨ ਲੱਗਦੇ ਆ, ਉਹਨਾਂ ਦੀ ਕੋਈ ਕੀਮਤ ਘੱਟ ਹੁੰਦੀ ਹੋਵੇ, ਤੁਸੀਂ ਜ਼ਿਆਦਾ ਰੱਖ ਲਈ ਹੋਵੇ ਕਿਤੇ, ਇਹ ਤਾਂ ਨਹੀਂ ਜਾਂ ਤੁਸੀਂ ਉਹ ਵੀ ਕੰਪੇਅਰ ਕਰਨ ਦੀ ਕੋਸ਼ਿਸ਼ ਕੀਤੀ ਆ ਪਹਿਲਾਂ? ਦੇਖੋ ਭਾਜੀ, ਮੈਂ ਤੁਹਾਨੂੰ ਇਹੀ ਦੱਸਿਆ ਕਿ 2 ਸਾਲ ਜਿਹੜੀ ਮੈਂ ਪਹਿਲਾਂ ਤੋਂ ਸ਼ੁਰੂਆਤ ਕੀਤੀ ਹੈਗੀ ਆ, ਮੈਂ ਹਰ ਚੀਜ਼ ਨੂੰ ਫੈਕਟਰ ਕਾਊਂਟ ਕੀਤਾ। ਕੀਮਤ ਤੁਸੀਂ ਦੇਖੋਗੇ ਕਿ ਮੈਂ ਮੇਰੀ ਜਿਹੜੀ ਬੂਥ ਦੀ ਪ੍ਰਾਈਜ਼ ਹੈਗੀ ਆ ਉਹ ਅੱਧ ਨਾਲੋਂ ਵੀ ਘੱਟ ਹੈਗੀ ਆ ਜੋ ਡਾਊਨ ਟਾਊਨ ਵਾਲੇ ਪ੍ਰਾਈਜ਼ ਚਾਰਜ ਕਰਦੇ ਆ, ਉਹਨਾਂ ਦੀ ਹਾਫ ਪ੍ਰਾਈਜ਼ ਤੋਂ ਵੀ ਘੱਟ ਹੈ। ਅੱਛਾ ਜੀ, ਹਾਂਜੀ, ਅਤੇ ਫਿਰ ਵੀ ਲੋਕ ਬਹੁਤ ਹੀ ਮੋਢਾ ਨਹੀਂ ਜਾ ਰਹੇ? ਮੈਨੂੰ ਇਹੀ ਤਾਂ ਸਮਝ ਨਹੀਂ ਲੱਗਦੀ ਕਿ ਮੈਨੂੰ ਆ ਚਾਹੁੰਦੇ ਕੀ ਹੈਗੇ ਆ, ਜਾਂ ਤਾਂ ਉਹਨਾਂ ਨੂੰ ਨੌਲੇਜ ਨਹੀਂ ਹੈ, ਵਾਕਈ ਨਹੀਂ ਹੈਗੀ। ਪਰ ਤੁਸੀਂ ਜਦੋਂ ਤੁਸੀਂ ਹੁਣ ਜਦੋਂ ਤੁਸੀਂ ਦੱਸ ਰਹੇ ਹੋ ਕਿ ਉਹਨਾਂ ਕੋਲ ਗਏ, ਉਹ ਕਦੀ ਕਿਸੇ ਸ਼ੋਅ 'ਤੇ ਵਿਜ਼ਿਟ ਕਰਨ ਵੀ ਨਹੀਂ ਗਏ, ਅਤੇ ਫਿਰ ਉਹ ਡਰ ਰਹੇ ਆ ਕਿ ਪ੍ਰੈਜੈਂਟੇਸ਼ਨ ਕਿਵੇਂ ਹੋਏਗੀ, ਤੁਸੀਂ ਕਦੀ ਸੋਚਿਆ ਨਹੀਂ ਕਿ ਪਹਿਲਾਂ ਘੱਟੋ ਘੱਟ ਆਪਣੀ ਇੰਡਸਟਰੀ ਨੂੰ ਸੱਦ ਕੇ ਕੋਈ ਸੈਮੀਨਾਰ ਕੀਤਾ ਜਾਏ, ਉੱਥੇ ਘੱਟੋ ਘੱਟ ਉਹਨਾਂ ਨੂੰ ਗਾਈਡ ਕੀਤਾ ਜਾਏ, ਉਹਨਾਂ ਨੂੰ ਗਾਈਡਲਾਈਨਸ ਦਿੱਤੀਆਂ ਜਾਣ ਕਿ ਇਸ ਤਰ੍ਹਾਂ ਦਾ ਬੂਥ ਹੋਏਗਾ, ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋਣਗੀਆਂ, ਇਸ ਤਰ੍ਹਾਂ ਦੇ ਲੋਕ ਪਹੁੰਚਣਗੇ, ਤਾਂ ਕਿ ਉਹ ਲੋਕ ਕਹਿਣ ਵੀ ਨਹੀਂ ਅਸੀਂ ਜ਼ਰੂਰ ਇੱਥੇ ਬੂਥ ਲਾਉਣਾ, ਅਸੀਂ ਜ਼ਰੂਰ ਹਿੱਸਾ ਲਾਉਣਾ। ਸੋਚਿਆ ਜੀ? ਦੇਖੋ, ਤੁਹਾਡੇ ਆਈਡੀਆ ਵਧੀਆ ਹੈਗਾ, ਬਟ ਪਹਿਲੀ ਗੱਲ ਤਾਂ ਇਹ ਹੈ ਨਾ ਕਿ ਉਹਨਾਂ ਕੋਲ ਕਿਸੇ ਕੋਲ ਟਾਈਮ ਹੀ ਹੈ ਨਹੀਂ ਗਾ ਸੈਮੀਨਾਰ ਦੇ ਜਾਂ ਕਿਤੇ ਆਉਣ ਜਾਣ ਦਾ, ਉਹ ਆਉਣਾ ਹੀ ਨਹੀਂ ਚਾਹੁੰਦੇ। ਉਸ ਤੋਂ ਇਲਾਵਾ ਕੋਈ ਪੈਸੇ ਕਮਾਉਣੇ ਚਾਹੁੰਦਾ, ਬਸ ਪੈਸੇ ਹੀ ਕਮਾਉਣੇ ਚਾਹੁੰਦਾ ਹੈਗਾ, ਬਟ ਅਸੀਂ ਉਹਨੂੰ ਬਿਜ਼ਨਸ ਕਰਨ ਦਾ ਤਰੀਕਾ ਨਹੀਂ ਹੈਗਾ। ਮੈਂ ਇਹੀ ਕਹਿ ਚਾਹੁੰਦਾ ਹਾਂ ਕਿ ਲੋਕਾਂ ਨੂੰ ਬਿਜ਼ਨਸ ਕਰਨ ਦਾ ਤਰੀਕਾ ਆਵੇ, ਔਰ ਕਈ ਜਿਹੜੇ ਬਹੁਤ ਕਾਮਯਾਬ ਹੈਗੇ ਆ, ਔਰ ਕਾਮਯਾਬ ਵਾਕਈ ਬਹੁਤ ਹੈਗੇ ਆ, ਠੀਕ ਹੈ, ਬਟ ਲੋਕ ਉਹਨਾਂ ਤੋਂ ਕੁਛ ਸਿੱਖਣ, ਉਹ ਕਿਉਂ ਕਾਮਯਾਬ ਹੈਗੇ, ਅਸੀਂ ਕਿਉਂ ਆਪੇ ਗੁੱਲੀਆਂ ਘੜੀ ਜਾਂਦੇ ਹਾਲੇ। ਠੀਕ ਹੈ, ਉਹੀ ਮੈਂ ਦੇਖ ਰਿਹਾ ਕਿ 20 ਸਾਲ ਹੋ ਗਏ ਜੀ, ਉਹੀ ਕੈਬਨਿਟ ਬਣਾ ਰਹੇ ਹੈਗੇ ਆ 20 ਸਾਲ, ਉਹ ਵੀ ਆਪ ਹੀ ਲੱਗੇ ਹੋਏ ਹੈਗੇ ਆ ਸਾਰਾ ਕੁਛ ਕਰਨ। ਠੀਕ ਹੈ ਜੀ, ਕਦੀ ਮੈਂ ਉੱਥੇ ਜਾ ਰਿਹਾ, ਕਦੀ ਕੋਈ ਕੀ ਕਰਨ ਉੱਥੇ, ਕੀ ਕਰਨ ਉੱਥੇ, ਮੈਂ ਉੱਥੇ ਸਾਰਾ ਦਿਨ ਲੱਗ ਗਿਆ ਯਾਰ। ਠੀਕ ਹੈ ਜੀ, ਮੈਂ ਕੀ ਕੀਤਾ, ਉਹ ਕੈਬਨਿਟ ਠੀਕ ਨਹੀਂ ਸੀਗੀ, ਉਹ ਕਰਨ ਲੱਗ ਗਿਆ, ਜਾਂ ਪਲੰਬਿੰਗ ਵਾਲਿਆਂ ਨੇ ਦੇਖਿਆ ਉਹ ਕਰ ਰਿਹਾ। ਠੀਕ ਹੈ, ਮਤਲਬ ਆਪਣੇ ਆਪ ਨੂੰ ਅਪਗ੍ਰੇਡ ਨਹੀਂ ਕੀਤਾ, ਅਪਗ੍ਰੇਡ ਨਹੀਂ ਕੀਤਾ ਕਿਤੇ ਵੀ। ਠੀਕ ਹੈ, ਔਰ ਸਭ ਤੋਂ ਵੱਡੀ ਚੀਜ਼ ਹੈਗੀ ਹੈ, ਮੈਂ ਤਾਂ ਇਹ ਕਹਿੰਦਾ ਕਿ ਲੋਕਾਂ ਨੂੰ ਨੌਲੇਜ ਵਧੇ, ਲੋਕ ਟ੍ਰੇਡ ਸ਼ੋਅ 'ਤੇ ਆਉਣ, ਇਹ ਸ਼ੋਅ ਦਾ ਲੋਕਾਂ ਨੂੰ ਇੱਕ ਕਹਿੰਦੇ ਆ ਕਿ ਪ੍ਰੈਜੈਂਟੇਸ਼ਨ ਜਿਹੜੀ ਹੈ ਨਾ, ਮੈਂ ਤੁਸੀਂ ਜਦੋਂ ਮੈਂ ਪ੍ਰੈਜੈਂਟੇਸ਼ਨ ਲਈ ਗਿਆ, ਮੈਂ ਬਕਾਇਦਾ ਇੱਕ ਪ੍ਰੈਜੈਂਟੇਸ਼ਨ ਲੈ ਕੇ ਗਿਆ ਹਰ ਥਾਂ 'ਤੇ ਲੋਕਾਂ ਕੋਲ। ਅੱਛਾ, ਇਸ ਤਰ੍ਹਾਂ ਹੋਏਗਾ? ਹਾਂਜੀ, ਮੈਂ ਉਹਨਾਂ ਕੋਲ ਇੱਕ ਪੂਰਾ ਲੇਆਊਟ ਲੈ ਕੇ ਗਿਆ, ਉਹਨਾਂ ਕੋਲ ਇੱਕ ਪੂਰੀ ਪਿਕਚਰ ਲੈ ਕੇ ਗਿਆ ਵੀ ਇੱਦਾਂ ਦਾ ਸ਼ੋਅ ਹੁੰਦਾ ਦੇਖਣ ਨੂੰ,
ਇੱਦਾਂ ਦਾ ਤੁਹਾਡਾ ਬੂਥ ਹੋਏਗਾ, ਇੱਦਾਂ ਦਾ ਤੁਸੀਂ ਆਪਣਾ ਡਿਸਪਲੇ ਕਰਨਾ ਚਾਹੁੰਦਾ ਕਰ ਸਕਦੇ ਹੋ, ਠੀਕ ਹੈ, ਇੱਦਾਂ ਲੋਕ ਆਉਣਗੇ, ਆਹ ਟਾਰਗੇਟਡ ਹੋਏਗੀ, ਮੈਂ ਇੱਕ ਪੂਰੀ ਪ੍ਰੈਜੈਂਟੇਸ਼ਨ ਬਣਾਈ ਹੋਈ ਹੈ। ਅੱਛਾ ਜੀ, ਹੁਣ ਜਿਹੜੇ ਲੋਕ ਉੱਥੇ ਜਾਣਗੇ ਵਿਜ਼ਿਟ ਕਰਨ, ਭਾਵੇਂ ਮੇਰੇ ਵਰਗਾ ਕੋਈ ਜਾਣਾ ਚਾਹੇ, ਉਹਨਾਂ ਵਾਸਤੇ ਕੋਈ ਟਿਕਟ ਹੋਏਗੀ ਕੀ ਹੋਏਗਾ? ਦੇਖੋ, ਪਹਿਲੀ ਗੱਲ ਤਾਂ ਹੈਗੀ ਆ, ਕਿਉਂਕਿ ਇਹ ਟ੍ਰੇਡ ਸ਼ੋ ਹੈਗਾ ਕੰਸਟਰਕਸ਼ਨ ਇੰਡਸਟਰੀ ਵਾਸਤੇ ਹੈ, ਠੀਕ ਹੈ, ਅਸੀਂ ਇਹੀ ਚਾਹੁੰਦੇ ਸੀਗੇ ਕਿ ਅਸੀਂ ਸਿਰਫ ਕੰਸਟਰਕਸ਼ਨ ਇੰਡਸਟਰੀ ਨੂੰ ਹੀ ਪ੍ਰਮੋਟ ਕਰਨਾ ਇੱਥੇ, ਬਟ ਕਿਉਂਕਿ ਅਸੀਂ, ਕਿਉਂਕਿ ਲੋਕਲ ਐਡ ਰੇਡੀਓ ਦੇ ਉੱਤੇ ਕਾਫੀ ਆ ਰਹੀ ਹੈਗੀ ਹੈ, ਮੈਂ 11:30 'ਤੇ ਵੀ ਚੱਲ ਰਹੀ ਆ, ਰੈਡ ਐਫ ਐਮ ਵੀ ਚੱਲ ਰਹੀ ਆ, ਹੋਰ ਆਪਣੇ ਕਾਫੀ ਮੀਡੀਆ ਜਿਹੜੇ ਹੈਗੇ ਆ, ਕਾਫੀ ਐਡਾਂ ਚੱਲ ਰਹੀਆਂ, ਉਹਦੇ ਨਾਲ ਇਹ ਕਿ ਆਮ ਪਬਲਿਕ ਵੀ ਆਏਗੀ ਉੱਥੇ ਟ੍ਰੇਡ ਸ਼ੋਅ 'ਤੇ, ਜਿਹੜੀ ਕਿ ਆਮ ਪਬਲਿਕ, ਕਈ ਵਾਰੀ ਕੀ ਹੁੰਦਾ ਹੈਗਾ ਕਿ ਟ੍ਰੇਡ ਸ਼ੋਅ ਦੇ ਵਿੱਚ ਆਮ ਪਬਲਿਕ ਟਾਈਮ ਵੇਸਟ ਕਰਦੀ ਹੈ, ਉਹਨੂੰ ਰੋਕ ਨਹੀਂ ਸਕਦੇ ਤੁਸੀਂ, ਉਹਨੂੰ ਰੋਕਣ ਦਾ ਇੱਕੋ ਹੀ ਤਰੀਕਾ ਹੈਗਾ ਕਿ ਉਹਦੇ 'ਤੇ ਟਿਕਟ ਲਗਾ ਦਿੱਤੇ ਜਾਏ, ਜਿਹਨੂੰ ਲੋਡ ਹੋਵੇ ਉਹੀ, ਉਹ ਜਿਹੜਾ ਸੀਰੀਅਸ ਹੋਏਗਾ ਉਹੀ ਪੇ ਕਰੇਗਾ, ਠੀਕ ਹੈ। ਜੇ ਕਿਸੇ ਘਰ ਨੇ ਰੈਨੋਵੇਟ ਕਰਨਾ, ਨਵਾਂ ਡਿਜ਼ਾਈਨ ਬਣਾਉਣਾ, ਜਾਂ ਕੁਛ ਆਪਣੀ ਨੌਲੇਜ ਵਧਾਉਣਾ ਚਾਹੁੰਦਾ, ਜਾਂ ਘਰ ਬਣਾਉਣਾ, ਜਾਂ ਉਹਨੇ ਘਰ ਨੂੰ ਕੁਛ ਜਿਹਦੀ ਜ਼ਰੂਰਤ ਦੇਣੀ ਆ, ਜਿਹਦੀ ਜ਼ਰੂਰਤ ਹੈ, ਜਾਂ ਫਿਊਚਰ 'ਚ ਸੋਚਦਾ ਕਿ ਮੈਂ ਇਹਨੂੰ ਅਪਗ੍ਰੇਡ ਕਰਨਾ, ਉਹੀ ਆਏਗਾ, ਉਹ $10 ਖਰਚਣੇ ਉਹਦੇ ਲਈ ਵੱਡੀ ਗੱਲ ਨਹੀਂ, ਸਿਰਫ $10 ਟਿਕਟ ਹੈਗੀ। ਬਾਕੀ ਉਸ ਤੋਂ ਇਲਾਵਾ ਕੰਸਟਰਕਸ਼ਨ ਇੰਡਸਟਰੀ ਨਾਲ ਅਗਰ ਕੋਈ ਤਾਲੁਕ ਰੱਖਦਾ ਹੈਗਾ, ਉਹਦੇ ਕੋਲ ਆਪਣਾ ਬਿਜ਼ਨਸ ਕਾਰਡ ਹੈਗਾ, ਪ੍ਰੂਵ ਕਰਨ ਲਈ ਕਿ ਹਾਂ ਮੈਂ ਕੰਟਰੈਕਟਰ ਹਾਂ, ਡਿਵੈਲਪਰ ਹਾਂ, ਜਾਂ ਬਿਲਡਰ ਹਾਂ, ਉਹਨੂੰ ਐਂਟਰੀ ਫਰੀ ਹੈਗੀ। ਅੱਛਾ ਜੀ, ਇੱਕ ਦਿਨ ਦੱਸੋ ਜੀ, ਦਿਨ ਕਿਹੜਾ? ਉਹ ਸ਼ਨੀਵਾਰ ਅਤੇ ਐਤਵਾਰ, ਡੇਟ 10, 11, and 12 March। ਅੱਛਾ ਜੀ, ਹਾਂਜੀ, 11 ਅਤੇ 12 March ਨੂੰ ਸਵੇਰ ਦੇ 10 ਤੋਂ 5 ਵਜੇ ਤੱਕ ਉੱਥੇ ਖਾਣ ਪੀਣ ਦਾ ਇੰਤਜ਼ਾਮ ਕੀਤਾ, ਨਾਨਕ ਫੂਡ ਵਾਲਿਆਂ ਨੇ ਫ੍ਰੀ ਸਪੋਂਸਰਸ਼ਿਪ ਸਾਨੂੰ ਕੀਤੀ ਹੈ। ਅੱਛਾ ਜੀ, ਖਾਣ ਪੀਣ ਦਾ ਪੂਰਾ ਇੰਤਜ਼ਾਮ ਹੈਗਾ, ਠੀਕ ਹੈ ਜੀ, ਅਤੇ ਅਸੀਂ ਜੋ ਹੋ ਸਕਦਾ ਮੈਕਸੀਮਮ ਸਾਰਾ ਅਰੇਂਜਮੈਂਟ ਸਿਰਫ ਲੋਕਾਂ ਲਈ ਕਰ ਰਹੇ ਹਾਂ ਕਿ ਲੋਕ ਆਉਣ, ਲੋਕਾਂ ਨੂੰ ਸਿਰਫ ਇਕੱਲਾ ਇਹੀ ਨਾ ਦੇਖਣ ਕਿ ਨਵੀਂ ਟੈਕਨੋਲੋਜੀ ਕੀ ਹੈ, ਘੱਟੋ ਘੱਟ ਟ੍ਰੇਡ ਸ਼ੋਅ ਹੁੰਦਾ ਕੀ ਹੈ ਇਹ ਵੀ ਜ਼ਰੂਰ ਜਾਣਨਾ ਜ਼ਰੂਰੀ, ਠੀਕ ਹੈ ਨਾ, ਇਹ ਲੋਕਾਂ ਨੂੰ ਕੋਨਸੈਪਟ ਦਾ ਨਹੀਂ ਪਤਾ, ਜਿਹੜਾ ਕਿ ਅਸੀਂ ਟ੍ਰੇਡ ਸ਼ੋਅ ਅੱਜ ਤੋਂ 20 ਸਾਲ ਪਹਿਲਾਂ ਛੱਡ ਚੁੱਕੇ ਹੈਗੇ ਹਾਂ, ਉਹ ਇੱਥੇ 20 ਸਾਲ ਬਾਅਦ ਦੁਬਾਰਾ ਸ਼ੁਰੂ ਕਰਨ ਲੱਗੇ ਹੈਗੇ। ਤੁਸੀਂ ਮਹਿਸੂਸ ਤਾਂ ਨਹੀਂ ਕਰ ਰਹੇ ਕਿ ਕਹਿੰਦੇ ਕਿ ਪੰਜਾਬ ਜਾਂ ਇੰਡੀਆ ਬਹੁਤ ਪਿੱਛੇ ਹੈ, ਇਹ ਐਡਵਾਂਸ ਕੰਟਰੀ ਨੇ, ਕੀ ਮਹਿਸੂਸ ਕਰਦੇ ਸਾਰਾ ਕੁਝ ਜਾਣ ਤੋਂ ਬਾਅਦ? ਦੇਖੋ, ਕੰਟਰੀ ਬੱਕੇ ਐਡਵਾਂਸ ਹੈਗਾ, ਬਟ ਅਸੀਂ ਲੋਕ ਜਿਹੜੇ ਐਡਵਾਂਸ ਨਹੀਂ ਹੈਗੇ, ਅਸੀਂ ਪਿਛੜੇ ਹੈ, ਅਸੀਂ 20 ਸਾਲ ਪਿੱਛੇ ਚੱਲਦੇ ਹਾਂ, ਅਸੀਂ ਫਿਰ ਆਪਣਾ ਛੱਡ ਨਹੀਂ ਜੜ੍ਹਾਂ, ਇਹਦਾ ਮਤਲਬ ਲੋਕ ਐਵੇਂ ਹੀ ਕਹਿੰਦੇ ਨੇ ਅਸੀਂ ਜੜ੍ਹਾਂ ਤੋਂ ਟੁੱਟ ਕੇ ਜੜ੍ਹਾਂ ਤੋਂ? ਨਹੀਂ ਨਹੀਂ, ਜੜ੍ਹਾਂ ਤੋਂ ਅਸੀਂ ਕਦੇ ਟੁੱਟ ਨਹੀਂ ਸਕਦੇ। ਤੁਸੀਂ ਦੇਖੋ ਕਿ ਹਜੇ ਵੀ ਇੰਡੀਆ ਨੂੰ ਜਦੋਂ ਜਹਾਜ਼ 'ਚ ਭਰੇ ਜਾਂਦੇ ਹੈਗੇ ਆ, ਹੁਣ ਵੀ ਕੋਈ ਚਾਹੇ ਇਲੈਕਸ਼ਨ ਹੋਵੇ ਅਤੇ ਚਾਹੇ ਕੁਛ ਵੀ ਹੋਵੇ, ਅਸੀਂ ਹਜੇ ਤੱਕ ਤੁਸੀਂ ਲੋਕਾਂ ਦੀ ਫੇਸਬੁੱਕਾਂ ਦੇਖ ਲਓ ਜਾਂ ਵਟਸਐਪ ਦੇਖ ਲਓ, ਉਹ ਸਭ ਉਹਨਾਂ ਨਾਲ ਲਿੰਕਡ ਹੈਗੇ ਆ, ਤਾਲੁਕ ਹੈਗੇ ਆ। ਸ਼ਰਮਾ ਜੀ, ਜੇਕਰ ਤੁਹਾਡੇ ਨਾਲ ਕਿਸੇ ਨੇ ਗੱਲਬਾਤ ਕਰਨੀ ਹੋਵੇ, ਇਸ ਤੁਹਾਡੇ ਟ੍ਰੇਡ ਸ਼ੋਅ ਦੀ ਜਾਣਕਾਰੀ ਲੈਣੀ ਹੋਵੇ, ਕੋਈ ਵੈਬਸਾਈਟ ਹੋਵੇ, ਕੋਈ ਫੇਸਬੁੱਕ ਪੇਜ ਹੋਵੇ, ਕਿਸ ਤਰੀਕੇ ਨਾਲ ਤੁਹਾਡੇ ਨਾਲ ਜੁੜ ਸਕਦੇ ਨੇ, ਕਿਵੇਂ ਜਾਣਕਾਰੀ ਲਈ ਜਾ ਸਕਦੀ ਹੈ? ਦੇਖੋ, ਸਾਡੀ ਇੱਕ ਤਾਂ ਸੌਖਾ ਹੈਗਾ ਕਿ ਜਦੋਂ ਤੁਸੀਂ ਗੂਗਲ ਕਰਦੇ ਹੋ, ਕੰਸਟਰਕਸ਼ਨ ਐਕਸਪੋ ਇਕੱਲਾ ਗੂਗਲ ਕਰਦੇ ਹੋ, ਅੱਛਾ ਜੀ, ਅਤੇ ਉਹਦੇ 'ਤੇ ਕਾਫੀ ਸਾਈਟਾਂ ਦੇ ਉੱਤੇ ਪਹੁੰਚ ਜਾਂਦੇ ਹੈਗੇ ਆ, ਸਿਟੀ ਆਫ ਸਰੀ ਸਾਡਾ ਇਵੈਂਟ ਪ੍ਰਮੋਟ ਕਰ ਰਹੀ ਆ, ਹੋਰ ਕਾਫੀ ਲੋਕ ਕਰ ਰਹੇ ਹੈਗੇ ਆ। ਅੱਛਾ ਜੀ, ਅਤੇ ਸਾਡਾ ਜਿਹੜਾ ਆਪਣਾ ਵੈਬਸਾਈਟ ਹੈਗਾ ਉਹ ਹੈਗਾ theconstructionexpo.com। ਅੱਛਾ, ਠੀਕ ਹੈ, ਉਸ ਤੋਂ ਇਲਾਵਾ ਫੇਸਬੁੱਕ ਦੇ ਉੱਤੇ ਤੁਸੀਂ ਕੰਸਟਰਕਸ਼ਨ ਐਕਸਪੋ ਪਾ ਲਓ ਤਾਂ ਤੁਸੀਂ ਪਹੁੰਚ ਜਾਓਗੇ, ਪੇਜ ਹੈ ਟਵਿੱਟਰ ਤੋਂ ਪਹੁੰਚ ਜਾਓਗੇ। ਅੱਛਾ, ਹਾਂਜੀ, ਇਸ ਟਾਈਮ ਸਾਡੇ ਕੋਲ ਵਟਸਐਪ ਦਾ ਇੰਨਾ ਅੱਛਾ ਰਿਸਪੋਂਸ ਮੈਨੂੰ ਮਿਲਿਆ ਕਿ ਘੱਟੋ ਘੱਟ ਨਹੀਂ ਤਾਂ 35,000 ਤੋਂ ਉੱਪਰ ਬੰਦਾ ਜਿਹੜਾ ਹੈਗਾ ਉਹ ਸਾਡਾ ਪੋਸਟਰ ਜਿਹੜਾ ਹੈਗਾ ਪੋਸਟ ਕੀਤਾ, ਸ਼ੇਅਰ ਕਰ ਦੇਖ ਚੁੱਕਾ ਹੈ। ਅੱਛਾ, ਵਿਜ਼ਿਟ ਕਰ ਚੁੱਕਾ, ਵਿਊ ਕਰ ਚੁੱਕਾ ਹੈ। ਅੱਛਾ ਜੀ, ਹਾਂਜੀ, ਹੁਣ ਜਦੋਂ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਹੋਰ ਮੀਡੀਆ ਦੇ ਰਾਹੀਂ ਸਿਟੀ ਆਫ ਸਰੀ ਤੁਸੀਂ ਦੱਸ ਰਹੇ ਹੋ ਅਤੇ ਹੋਰ ਬਹੁਤ ਸਾਰੀਆਂ ਇਸ ਤਰ੍ਹਾਂ ਦੇ ਅਦਾਰੇ ਨੇ ਜਿਹੜੇ ਤੁਹਾਨੂੰ ਪ੍ਰਮੋਟ ਕਰਦੇ ਆ, ਇਹ ਸਾਰਾ ਕੁਝ ਜਾਣਨ ਤੋਂ ਬਾਅਦ ਕਿਵੇਂ ਮਹਿਸੂਸ ਹੁੰਦਾ?
ਦੇਖੋ ਹਜੇ ਤੱਕ ਤਾਂ ਮੈਂ ਉੱਥੇ ਹੀ ਖੜਾ ਹੈਗਾ ਜਿੱਥੇ ਸ਼ੁਰੂ ਕੀਤਾ ਸੀ। ਅੱਛਾ ਠੀਕ ਹੈ, ਪਰ ਆਸਬੰਦ ਹੈ ਕਿ? ਹਾਂਜੀ ਆਸਬੰਦ ਹੋ, ਹਾਂ ਬਿਲਕੁਲ ਉਮੀਦ ਹੈਗੀ ਹੈ। ਮੈਨੂੰ ਇਹ ਪਤਾ ਹੈ ਕਿ ਸ਼ੋਅ ਸਾਡਾ ਕਾਮਯਾਬ ਹੋਏਗਾ, ਬਹੁਤ ਕਾਮਯਾਬ ਹੋਏਗਾ। ਉਹਦਾ ਸਿਰਫ ਰੀਜ਼ਨ ਇਹੀ ਹੈਗਾ ਕਿ ਸਾਡੀ ਇਹਦੇ 'ਚ ਕੋਈ ਇੰਟੈਂਸ਼ਨ ਕੋਈ ਗਲਤ ਨਹੀਂ ਹੈ ਕਿਸੇ ਤਰ੍ਹਾਂ ਦੀ। ਅਸੀਂ ਇੰਡਸਟਰੀ ਦਾ ਭਲਾ ਚਾਹੁੰਦੇ ਹਾਂ, ਇੰਡਸਟਰੀ ਨੂੰ ਅਪਗ੍ਰੇਡ ਕਰਨ ਲਈ, ਇੰਡਸਟਰੀ ਦੇ ਵਿੱਚ ਨਵਾਂ ਕੀ ਆ ਰਿਹਾ ਹੈਗਾ। ਠੀਕ ਹੈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਸਿਰਫ ਸ਼ੋਅ ਦੇ ਉੱਤੇ ਪਹੁੰਚ ਕੇ ਹੀ ਤੁਸੀਂ ਦੇਖ ਸਕਦੇ ਹੋ। ਠੀਕ ਹੈ ਨਾ। ਸੋ ਜਾਣ ਤੋਂ ਪਹਿਲਾਂ ਲਗਭਗ ਆਪਣੇ ਕੋਲ ਮਿੰਟ ਦਾ ਸਮਾਂ, ਆਪਣਾ ਫੋਨ ਨੰਬਰ, ਆਪਣੀ ਵੈਬਸਾਈਟ, ਸਮਾਂ ਅਤੇ ਡੇਟ ਦੱਸਦੇ ਜਾਓ ਜੀ। ਦੇਖੋ ਸ਼ੋਅ ਤਾਂ ਜਿਹੜਾ ਵੈਬਸਾਈਟ ਹੈਗਾ theconstructionexpo.com ਹੈਗਾ, ਫੋਨ ਨੰਬਰ ਹੈਗਾ 6047260500, ਅਤੇ ਜਿਹੜਾ ਸ਼ੋਅ ਹੈਗਾ ਉਹ ਮਾਰਚ 10 ਔਰ 11 ਨੂੰ, 11 ਔਰ 12 ਸ਼ਨੀਵਾਰ ਔਰ ਐਤਵਾਰ ਨੂੰ ਸਵੇਰੇ 10 ਤੋਂ 5 ਜੀ ਹੈਗਾ। ਅਤੇ ਤੁਸੀਂ ਸਾਰੇ ਇਨਵਾਈਟਡ ਹੋ, ਤੁਸੀਂ ਹੁਮ ਹੁਮ ਆ ਕੇ ਪਹੁੰਚੋ ਅਤੇ ਸਹਿਯੋਗ ਦਿਓ। ਅਗਰ ਤੁਹਾਡੀ ਨੌਲੇਜ ਵੱਧ ਸਕਦੀ ਹੈਗੀ ਹੈ ਜਾਂ ਤੁਹਾਨੂੰ ਇਹ ਪਤਾ ਲੱਗ ਸਕਦਾ ਕਿ ਟ੍ਰੇਡ ਸ਼ੋਅ ਕੀ ਹੈਗਾ, ਕਿੱਦਾਂ ਕਾਮਯਾਬ ਕਰਦਾ ਔਰ ਕਿੱਦਾਂ ਤੁਹਾਡੀ ਅਪਗ੍ਰੇਡ ਕਰਦਾ ਹੈਗਾ, ਤੁਹਾਡੀ ਬਿਜ਼ਨਸ ਨੂੰ ਕਿੱਦਾਂ ਅਪਗ੍ਰੇਡ ਕਰਦਾ, ਠੀਕ ਹੈ, ਤੁਸੀਂ ਕਿੱਦਾਂ ਤਰੱਕੀ ਹੋਰ ਅੱਗੇ ਕਰ ਸਕਦੇ ਹੋ, ਅਤੇ ਮੇਰੇ ਤੋਂ ਉੱਪਰ ਹੋਰ ਖੁਸ਼ੀ ਕਿਹਨੂੰ ਹੋ ਸਕਦੀ ਹੈ ਜੀ। ਸ਼ਰਮਾ ਜੀ, ਤੁਸੀਂ ਕੀਮਤੀ ਸਮਾਂ ਸਾਨੂੰ ਦਿੱਤਾ, ਸਾਡੀਆਂ ਸ਼ੁਭ ਇਸ਼ਾਵਾਂ ਤੁਹਾਡੇ ਨਾਲ ਨੇ। ਇਹ ਜਦੋਂ ਟ੍ਰੇਡ ਸ਼ੋਅ ਤੁਹਾਡਾ ਹੋ ਗਿਆ ਉਹਦੇ ਤੋਂ ਬਾਅਦ ਆਪਾਂ ਫਿਰ ਗੱਲਬਾਤ ਕਰਾਂਗੇ ਕਿ ਤਜਰਬਾ ਕਿਸ ਤਰ੍ਹਾਂ ਦਾ ਰਿਹਾ। ਧੰਨਵਾਦ, ਥੈਂਕ ਯੂ ਜੀ, ਥੈਂਕ ਯੂ। ਦੋਸਤੋ, ਰਮਨ ਸ਼ਰਮਾ ਜੀ ਇੱਕ ਟ੍ਰੇਡ ਸ਼ੋਅ ਲੈ ਕੇ ਆ ਰਹੇ ਨੇ ਜਿਸ ਦੇ ਮੁਤਾਬਕ ਸਾਡੀ ਅੱਜ ਖੁੱਲ੍ਹ ਖੁੱਲ੍ਹਾ ਕੇ ਗੱਲਬਾਤ ਹੋਈ ਹੈ। ਉਮੀਦ ਕਰ ਰਿਹਾ ਕਿ ਤੁਹਾਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਣਾ ਹੈ। ਪ੍ਰੋਗਰਾਮ ਦੇ ਲਈ ਤੁਹਾਡੀ ਕੋਈ ਵੀ ਰਾਏ ਹੋਵੇ ਸਾਡੇ ਤੱਕ ਜ਼ਰੂਰ ਲਿਖ ਭੇਜਿਓ। ਪ੍ਰੋਗਰਾਮ ਦੇ ਸਮੇਂ ਦੀ ਸਮਾਪਤੀ ਹੋ ਰਹੀ ਹੈ, ਪਰ ਜਾਣ ਤੋਂ ਪਹਿਲਾਂ ਆਖਾਂਗਾ ਕਿ ਜ਼ਿੰਦਗੀ ਜ਼ਿੰਦਾਦਰੀ ਦਾ ਨਾਮ ਹੈ। ਕੱਲ੍ਹ ਫਿਰ ਕਿਸੇ ਨਵੇਂ ਅਤੇ ਨਵੇਕਲੇ ਪ੍ਰੋਗਰਾਮ ਨਾਲ ਫਿਰ ਦੱਸ ਸਕਦੇ ਹਾਂਗਾ। ਉਦੋਂ ਤੱਕ ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ।